ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਸਿਰਬੀ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਰੇ ਹੀ ਰਸਨਾ ਪਵਿੱਤਰ ਕਰੀਏ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨਕੋਟ ਸ਼ੁਕਰ ਹੈ ਧੰਨਵਾਦ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਅਸੀਂ ਕਲਯੁਗੀ ਜੀਵਾਂ ਨੂੰ ਆਪਣੇ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਹਨ ਉਪਰੰਤ ਧੰਨਵਾਦ ਹੈ ਆਪ ਸਮੂਹ ਸਾਧ ਸੰਗਤ ਜੀ ਦਾ ਜੋ ਦੂਰੋਂ ਨੇੜੋਂ ਚੱਲ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਦੀ ਕਿਰਪਾ ਕਰਨ ਆਪ ਜੀ ਦਾ ਕਦਮ ਕਦਮ ਗੁਰੂ ਘਰ ਵੱਲ ਚੱਲਿਆ ਸਫਲਾ ਕਰਨ ਧੰਨਵਾਦ ਹੈ ਭਾਈ ਸਾਹਿਬ ਭਾਈ ਬ੍ਰਹਮ ਸਿੰਘ ਹੋਣਾ ਦਾ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜਿਆ ਹੈ ਗੁਰ ਇਤਿਹਾਸ ਨਾਲ ਜੋੜਿਆ ਹੈ ਸਿੱਖ ਪੰਥ ਦੇ ਮਹਾਨ ਇਤਿਹਾਸ ਨਾਲ ਜੋੜਿਆ ਹੈ ਅੱਜ ਆਪਾਂ ਸਰਦਾਰ ਰਣਜੀਤ ਸਿੰਘ ਹੋਣਾ ਦੇ ਬ੍ਰਦਰ ਭਰਾ ਸ਼ਹੀਦ ਅਜਮੇਰ ਸਿੰਘ ਜੋ 1987 ਵਿੱਚ ਸ਼ਹੀਦ ਹੋ ਗਏ ਸਨ ਉਹਨਾਂ ਦੀ ਬਰਸੀ ਮਨਾ ਰਹੇ ਹਾਂ ਸੋ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਜੋ ਪ੍ਰਕਾਸ਼ ਕਰਵਾਏ ਗਏ ਸਨ ਅੱਜ ਉਹਨਾਂ ਦੇ ਸੰਪੂਰਨ ਭੋਗ ਪਏ ਹਨ ਪਰਿਵਾਰ ਵੱਲੋਂ ਸਾਰਿਆਂ ਹੀ ਸੰਗਤਾਂ ਦਾ ਸਾਰੇ ਵੀਰਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦੀ ਰੌਲਾ ਲਾਈਆਂ ਨੇ ਧੰਨਵਾਦ ਕੀਤਾ ਜਾਂਦਾ ਹੈ ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸ਼ਹੀਦ ਬੰਦਾ ਸਿੰਘ ਬਹਾਦਰ ਬਾਰੇ ਦੱਸਿਆ ਹੈ ਕਿਸੇ ਕਵੀ ਨੇ ਬੜਾ ਹੀ ਸੋਹਣਾ ਲਿਖਿਆ ਹੈ ਕਵੀ ਕਹਿੰਦਾ ਹੈ ਜਿਸਦਾ ਆਪਣਾ ਇਤਿਹਾਸ ਨਹੀਂ ਲੋਹ ਦਿੰਦਾ ਸੂਰਜ ਚੜ੍ਹਿਆ ਵੀ ਉਸਦੀ ਸਵੇਰ ਕੋਈ ਨਹੀਂ ਜਿਹਦੇ ਕੋਲ ਨੇ ਬੜੀਆਂ ਸ਼ਹੀਦਾਂ ਦੀਆਂ ਉਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ ਗਿਣ ਕੇ ਵੇਖੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਨੀਵੀਂ ਕੌਣ ਉੱਚੀ ਜਿਸ ਕੌਮ ਦੇ ਹੋਣ ਖੋਣ ਸ਼ਹੀਦ ਬਹੁਤੇ ਉਸ ਕੌਮ ਦੀ ਰਹਿੰਦੀ ਹੈ ਧੌਣ ਉੱਚੀ ਸੋ ਸਾਡੀ ਅੱਜ ਵੀ ਧੌਣ ਉੱਚੀ ਹੈ ਸਤਿਗੁਰ ਕਿਰਪਾ ਕਰਨ ਜੋ ਸਰਦਾਰ ਅਜਮੇਰ ਸਿੰਘ ਹੋਣਾ ਦੀ ਸ਼ਹੀਦੀ ਹੋਈ ਸੀ ਸਤਿਗੁਰ ਸਦੀਵੀ ਕਾਲ ਲਈ ਸਰਦਾਰ ਅਜਮੇਰ ਸਿੰਘ ਹੋਣਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ ਅਤੇ ਸਿੱਖ ਕੌਮ ਦੀ ਸਦਾ ਹੀ ਚੜ੍ਹਦੀ ਕਲਾ ਰਵੇ ਅੱਜ ਆਪਣੇ ਪਾਸ ਪੰਥ ਦੇ ਉੱਘੇ ਸਕਾਲਰ ਅਤੇ ਨਾਨਕ ਸ਼ਾਹੀ ਕੈਲੰਡਰ ਦੇ ਰਚਇਤਾ ਸਰਦਾਰ ਪਾਲ ਸਿੰਘ ਪਰਿਵਾਰ ਹੋਣੇ ਪਹੁੰਚੇ ਹਨ ਆਪ ਸੰਗਤਾਂ ਨੂੰ ਕੋਈ 40 ਮਿੰਟਾਂ ਲਈ ਉਹ ਆਪਣੇ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸੋ ਮੇਰੀ ਬੇਨਤੀ ਹੈ ਸਰਦਾਰ ਪਾਲ ਸਿੰਘ ਪਰਿਵਾਰ ਹੋਣਾ ਨੂੰ ਸਟੇਜ 'ਤੇ ਆ ਕਰਕੇ ਆਪ ਸੰਗਤਾਂ ਨੂੰ ਆਪਣੇ ਵਿਚਾਰਾਂ ਦੁਆਰਾ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿੱਚ ਵਿਰਾਜਮਾਨ ਜੀਓ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪ ਤੋਂ ਖਿਮਾ ਦਾ ਜਾ ਚੁੱਕਾ ਕਿ ਜਿਸ ਤਰ੍ਹਾਂ ਮੈਂ ਪ੍ਰੈਜੈਂਟੇਸ਼ਨ ਦੇਣੀ ਸੀ ਉਸ ਤਰ੍ਹਾਂ ਨਹੀਂ ਹੋ ਸਕਣੀ ਕਿਉਂਕਿ ਸਕਰੀਨ ਆ ਜਿਹੜਾ ਨੰਬਰ ਇੱਕ ਸਕਰੀਨ ਅਤੇ ਲੇਜੈਂਟਸ ਵਾਲ ਪਾਸੇ ਆਪਦੇ ਪਾਸੇ ਆਪ ਚੱਲ ਨਹੀਂ ਗਿਆ ਅਤੇ ਲੇਡੀਜ਼ ਵਾਲ ਸਕਰੀਨ ਚੱਲ ਰਿਹਾ ਹੈ ਇਸ ਵਾਸਤੇ ਜੇ ਪੁਆਇੰਟਰ ਨਾਲ ਜਾਂ ਕੋਈ ਚੀਜ਼ ਦਿਖਾ ਲੈਣੀ ਜਾਵਾਂ ਤਾਂ ਉਹ ਨਹੀਂ ਦਿਖਾ ਸਕਾਂਗਾ ਸ਼ਾਇਦ ਇੱਕ ਅੱਧੀ ਪ੍ਰੈਜੈਂਟੇਸ਼ਨ ਉਧਰਲੇ ਪਾਸੇ ਜਿਹੜੀ ਆਵੇਗੀ ਸੰਗਤ ਜਿਹੜੀ ਪਿੱਛੇ ਬੈਠੀ ਹੈ ਸ਼ਾਇਦ ਉਹਨਾਂ ਨੂੰ ਸਕਰੀਨ ਦੱਸਦਾ ਸੋ ਖੇਮਾ ਦਾ ਜਾ ਚੁੱਕਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਨਾਨਕ ਸ਼ਾਹੀ ਕੈਲੰਡਰ ਦੇ ਸੰਬੰਧ ਦੇ ਵਿੱਚ ਵਾਦ ਵਿਵਾਦ ਚੱਲਦੇ ਆ ਰਹੇ ਹਨ ਨਾਨਕ ਸ਼ਾਹੀ ਕੈਲੰਡਰ ਪਹਿਲੀ ਵਾਰ 1999 ਵਿੱਚ ਲਾਗੂ ਹੋਇਆ ਅਤੇ ਉਸ ਤੋਂ ਬਾਅਦ ਛੇਤੀ ਹੀ ਉਸ ਦੇ ਵਿੱਚ ਰੋਕ ਲਗਾ ਦਿੱਤੀ ਗਈ ਕਮੇਟੀ ਬਣ ਗਈ ਫਿਰ ਇੱਕ ਹੋਰ ਕਮੇਟੀ ਬਣ ਗਈ ਫਿਰ 2-3 ਸਾਲ ਰੋਕ ਲੱਗੀ ਰਹੀ ਅਤੇ 2003 ਦੇ ਵਿੱਚ ਦੁਬਾਰਾ 11 ਮੈਂਬਰੀ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਕੈਲੰਡਰ ਤਿਆਰ ਕੀਤਾ ਅਤੇ ਜਥੇਦਾਰ ਗ੍ਰੰਥੀ ਸਾਹਿਬ ਦੇ ਸਮੇਂ ਇਹ ਕੈਲੰਡਰ ਤਿਆਰ ਹੋਇਆ ਸੀਗਾ ਅਤੇ 2003 ਵਿੱਚ ਵਡੂੰਗਰ ਸਾਹਿਬ ਨੇ ਜਿਹੜੇ ਉਸ ਵੇਲੇ ਦੇ ਪ੍ਰਧਾਨ ਸਨ SGPC ਦੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰੈਜ਼ੋਲਿਊਸ਼ਨ
ਪਾਸ ਕਰਵਾ ਕੇ ਇਸ ਕਲੰਡਰ ਨੂੰ ਲਾਗੂ ਕੀਤਾ। ਮੈਂ ਥੋੜ੍ਹਾ ਜਿਹਾ ਕੁਝ ਪਿਛੋਕੜਾਂ ਨਾਲ ਸਾਂਝਾ ਕਰ ਲਵਾਂ ਕਿ ਜਿਸ ਵੇਲੇ ਮੇਰੇ ਮਨ ਵਿੱਚ ਇਹ ਆਇਆ ਕਿਸੇ ਕੌਮ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ, ਉਸ ਦੇ ਵਾਸਤੇ ਜਿਸ ਵੇਲੇ ਮੈਂ ਆਪਣੇ ਸੁਜੈਸ਼ਨ ਸੁਝਾਅ ਤਿਆਰ ਕਰ ਲਏ ਅਤੇ ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੂੰ 1991 ਵਿੱਚ ਮਿਲਿਆ, 1992 ਵਿੱਚ, ਫਿਰ 1993 ਦੁਆਰਾ ਉਹਨਾਂ ਨੂੰ ਮਿਲਿਆ, 1994 ਵਿੱਚ ਪ੍ਰਿੰਸੀਪਲ ਗੁਰਮੁਖ ਸਿੰਘ ਉਹਨਾਂ ਨੂੰ ਮਿਲਿਆ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਪ੍ਰਿੰਸੀਪਲ ਸਨ, ਭਾਈ ਮਨਜੀਤ ਸਿੰਘ ਜੀ ਜਿਹੜੇ ਕਾਰਜਕਾਰੀ ਜਥੇਦਾਰ ਸਾਹਿਬ ਸਨ, ਉਹਨਾਂ ਨੂੰ ਆਪਣੇ ਸਾਰੇ ਪੇਪਰ ਭੇਜੇ ਅਤੇ ਉਸ ਤੋਂ ਉਪਰੰਤ 1995 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ ਜਿਸ ਤਰ੍ਹਾਂ ਤੁਸੀਂ ਇਸ ਵੇਲੇ ਸੰਗਤ 'ਚ ਬੈਠੇ ਹੋ, ਇੰਨੇ ਕੁ ਵਿਦਵਾਨ ਉੱਥੇ ਇਕੱਤਰ ਹੋਏ ਸਨ। ਉਹਨਾਂ ਵਿਦਵਾਨਾਂ ਦੇ ਵਿੱਚ ਕੈਲੰਡਰ ਦੇ ਬਾਰੇ ਮੈਂ ਸੁਝਾਅ ਰੱਖੇ ਅਤੇ ਮੈਂ ਆਪ ਨੂੰ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਉਸ ਸਮੇਂ 'ਤੇ ਜਿਹੜੀ ਖੁਸ਼ੀ ਉਹਨਾਂ ਸਾਰੇ ਵਿਦਵਾਨਾਂ ਨੇ ਮਹਿਸੂਸ ਕੀਤੀ ਕਿ ਕੋਈ ਕੌਮ ਦੀ ਗੱਲ ਹੋਈ ਹੈ, ਕਿਸੇ ਪਾਸਿਓਂ ਕੋਈ ਤਾਜ਼ਾ ਹਵਾ ਆਈ ਹੈ ਅਤੇ ਕੋਈ ਨਵੇਂ ਵਿਚਾਰ ਆਏ ਨੇ ਅਤੇ ਅਸੀਂ ਇਸ ਕੈਲੰਡਰ ਦੇ ਬਾਰੇ ਵਿਚਾਰ ਕਰੀਏ। ਉਹਨਾਂ ਨੇ ਦੂਸਰੇ ਦਿਨ ਹੀ ਸੈਮੀਨਾਰ ਤੋਂ ਦੂਸਰੇ ਦਿਨ ਡਾਕਟਰ ਖੜਕ ਸਿੰਘ ਮਾਨ ਹੋਣੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਮੋਰੀ ਸਨ, ਉਹਨਾਂ ਨੇ ਕਮੇਟੀ ਬਣਾ ਦਿੱਤੀ। ਉਹਨਾਂ ਵਿਦਵਾਨਾਂ ਦੀ ਸਲਾਹ ਦੇ ਨਾਲ ਡਾਕਟਰ ਬਲਵੰਤ ਸਿੰਘ ਢਿੱਲੋਂ, ਡਾਕਟਰ ਖੜਕ ਸਿੰਘ ਮਾਨ ਹੁਸਨ ਦਾਸੀ, ਡਾਕਟਰ ਬੀਬੀ ਮਦਨਜੀਤ ਕੌਰ, ਡਾਕਟਰ ਕਿਰਪਾਲ ਸਿੰਘ ਚੰਡੀਗੜ੍ਹ ਵਾਲੇ, ਇਹ ਸਭ ਕਮੇਟੀ ਬਣੀ ਕੈਲੰਡਰ ਨੂੰ ਤਿਆਰ ਕਰਨ ਵਾਸਤੇ। ਕੈਲੰਡਰ ਮੀਟਿੰਗਾਂ ਦੌਰਾਨ ਤਿਆਰ ਕੀਤਾ ਗਿਆ ਅਤੇ ਉਸ ਦੀ ਫਾਈਲ ਜਿਹੜੀ ਆ ਉਹ ਫਾਈਨਲ ਫਾਈਲ ਜਿਹੜੀ ਮੀਟਿੰਗਾਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਇੱਕ ਕਮਰੇ ਵਿੱਚ ਹੋਈ, ਜਿਹਦੇ ਸੰਚਾਲਕ ਡਾਕਟਰ ਦਰਸ਼ਨ ਸਿੰਘ ਜੀ ਚੰਡੀਗੜ੍ਹ ਵਾਲੇ ਸਨ। ਉੱਥੇ ਉਹ ਸਾਰਾ ਕੈਲੰਡਰ ਦੀ ਰੂਪ ਰੇਖਾ ਜੋ ਕੁਛ ਤਿਆਰ ਹੋਈ ਸੀ ਉਸਨੂੰ ਰੂਪ ਕੀਤਾ ਗਿਆ ਅਤੇ ਜੋ ਜੋ ਮੀਟਿੰਗਾਂ ਵਿੱਚ ਜੋ ਜੋ ਸੱਜਣ ਆਏ ਸਨ, ਵਿਦਵਾਨ ਆਏ ਸਨ, ਉਹ ਸਾਰੀਆਂ ਮੀਟਿੰਗਾਂ ਦਾ ਜਿਹੜੀ ਸੀ ਕਾਰਜ ਜੋ ਕੁਛ ਹੋਇਆ ਮੀਟਿੰਗਾਂ ਵਿੱਚ, ਉਸ ਦੀ ਰਿਪੋਰਟ ਉਹ ਸ਼੍ਰੋਮਣੀ ਕਮੇਟੀ ਨੂੰ ਫਾਈਲ ਭੇਜ ਦਿੱਤੀ ਗਈ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ। ਇਸ ਕੈਲੰਡਰ 'ਤੇ ਮੈਂ ਹੋਰਾਂ ਵਿਦਵਾਨਾਂ ਨਾਲ ਕੰਮ ਕੀਤਾ ਹੈ। ਮੈਂ ਇਹ ਕਹਿ ਸਕਦਾ ਆਪਣੇ ਆਪ ਨੂੰ ਕਿ ਮੈਂ ਚੀਫ ਆਰਕੀਟੈਕਟ ਸੀ ਅਤੇ ਨਾਲ ਪਰ ਹੋਰ ਵਿਦਵਾਨਾਂ ਦਾ ਕੰਮ ਵੀ ਮੇਰੇ ਨਾਲ ਸੀ, ਉਹਨਾਂ ਦੇ ਸੁਝਾਅ ਆਏ ਨੇ, ਉਹਨਾਂ ਦੇ ਵਿਚਾਰ ਕੀਤੇ ਹੋਏ ਕਮੇਟੀ ਦੇ ਵਿੱਚ ਅਤੇ ਤਾਂ ਕੈਲੰਡਰ ਤਿਆਰ ਹੋਇਆ ਸੀ। ਅਗਲੀ ਗੱਲ, ਮੈਂ ਖੁਦ ਕੈਲੰਡਰ ਲੈ ਕੇ ਕਦੇ ਵੀ ਕਮੇਟੀ ਕੋਲ ਨਹੀਂ ਗਿਆ, ਲਿਆ ਲਓ ਜੀ ਇਹ ਮੇਰਾ ਕੈਲੰਡਰ ਆ। ਇਹ ਕੈਲੰਡਰ ਪੰਥ ਦਾ ਕੈਲੰਡਰ ਕਮੇਟੀ ਨੇ ਤਿਆਰ ਕੀਤਾ ਸੀਗਾ ਅਤੇ ਇੰਸਟੀਚਿਊਟ ਵੱਲੋਂ ਆਈ ਗਈ। 1997 ਵਿੱਚ ਟੌੜਾ ਸਾਹਿਬ ਨੇ ਅਨਾਊਂਸ ਕੀਤਾ, ਫਿਰ ਉੱਥੇ ਚੰਡੀਗੜ੍ਹ ਇੱਕ ਸੈਮੀਨਾਰ ਹੋਇਆ ਸੀ ਕਿ 1999 ਵਿੱਚ ਇਸ ਕੈਲੰਡਰ ਨੂੰ ਅਸੀਂ ਲਾਗੂ ਕਰਾਂਗੇ ਅਤੇ 1999 ਵਿੱਚ ਬੀਬੀ ਜਗੀਰ ਕੌਰ ਦੇ ਸਮੇਂ ਇਹ ਕੈਲੰਡਰ ਲਾਗੂ ਹੋ ਗਿਆ ਅਤੇ ਪਹਿਲੀ ਵਾਰ ਜਿਹੜਾ 1998 'ਚ 2010ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਉਣਾ ਸੀ, ਸੁਧੀਆਂ ਵਧੀਆਂ ਅਨੁਸਾਰ 1998 'ਚ 2 ਪ੍ਰਕਾਸ਼ ਦਿਹਾੜੇ ਸੀ, ਜਿਵੇਂ ਇਸ ਸਾਲ 2011 ਵਿੱਚ ਸੁਧੀਆਂ ਵਧੀਆਂ ਉਸ 1997 ਅਨੁਸਾਰ 10ਵੇਂ ਪਿਤਾ ਦੇ 2 ਪ੍ਰਕਾਸ਼ ਦਿਹਾੜੇ ਨੇ, ਇੱਕ 11 ਜਨਵਰੀ ਨੂੰ ਉਸ 1997 ਆ, ਮੁੜ ਕੇ ਫਿਰ 31 ਦਸੰਬਰ ਨੂੰ ਉਸ 1997 ਆ ਇਸ ਸਾਲ। ਇੱਦਾਂ ਹੀ 1998 ਵਿੱਚ 2 ਸਨ, ਇੱਕ ਉਸ 1997 5 ਜਨਵਰੀ ਨੂੰ ਸੀ ਅਤੇ ਦੂਜੀ ਉਸ 1997 25 ਦਸੰਬਰ ਨੂੰ ਸੀ। ਉਹ 25 ਦਸੰਬਰ ਵਾਲਾ ਪੁਰਬ ਜਿਹੜਾ ਐਸ ਟੀ ਪੀ ਸੀ ਨੇ ਨਹੀਂ ਮਨਾਇਆ, ਬੀਬੀ ਜਗੀਰ ਕੌਰ ਨੇ ਦੇ ਕਾਲ ਦੇ ਵਿੱਚ ਅਤੇ ਉਹ 5 ਜਨਵਰੀ ਨੂੰ ਮਨਾਇਆ ਗਿਆ। ਸ਼੍ਰੋਮਣੀ ਕਮੇਟੀ ਨੇ ਵੱਡੇ ਵੱਡੇ ਬਿੱਲ ਬੋਰਡ 'ਤੇ ਇਸ਼ਤਿਹਾਰ ਲਾਏ ਸਨ ਅਖਬਾਰਾਂ ਵਿੱਚ ਕਿ 25 ਦਸੰਬਰ ਨੂੰ ਪੁਰਬ ਨਹੀਂ ਮਨਾਇਆ ਜਾਏਗਾ ਬਲਕਿ ਨਾਮ ਸ਼ਾਹੀ ਕੈਲੰਡਰ ਦੇ ਮੁਤਾਬਕ 23 ਪੁਰਬ 5 ਜਨਵਰੀ ਨੂੰ ਮਨਾਇਆ ਜਾਏਗਾ। ਸੋ ਇਹ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਇਸ ਦਾ ਜੋ ਗਿਆਨੀ ਪੂਰਨ ਸਿੰਘ ਰਾਹੀਂ ਉਹਨਾਂ ਨੇ ਜੋ ਜੋ ਕੁਛ ਹੋਇਆ ਉਹ ਅਖਬਾਰਾਂ ਵਿੱਚ ਆਉਂਦਾ ਰਿਹਾ, ਕੈਲੰਡਰ 'ਤੇ ਰੋਕ ਲੱਗ ਗਈ ਅਤੇ ਬਾਅਦ ਦੇ ਵਿੱਚ ਫਿਰ ਜਿਹੜਾ ਡਾਇਸਪੋਰਾ ਸੀ ਅਮਰੀਕਾ ਦੇ ਸਿੱਖ, ਇੰਗਲੈਂਡ ਦੇ ਸਿੱਖ, ਕੈਨੇਡਾ ਦੇ ਸਿੱਖ ਸੰਗਤ, ਇੱਧਰਲੀਆਂ ਸਿੱਖ ਸੰਗਤਾਂ ਸਾਰਿਆਂ ਨੇ ਇਹ ਜੋ ਇਹ ਰੈਜੋਲਿਊਸ਼ਨ ਕਰਦੇ ਰਹੇ ਜਾਂ ਫੋਨ ਕਰਦੇ ਰਹੇ ਐਸ ਜੀ ਪੀ ਸੀ ਨੂੰ, ਤਸਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਨਾਲ ਸ਼ਾਹੀ ਕੈਲੰਡਰ ਕਰਾਉਣਾ ਹੋਵੇ।
ਇਸ ਤਰ੍ਹਾਂ ਦੇ ਜਦੋਂ ਵੀ ਉਧਰੋਂ ਪ੍ਰਧਾਨ ਇੱਧਰ ਆਉਂਦੇ ਰਹੇ ਨਾ ਮੁਲਕਾਂ ਵਿੱਚ ਉਹਨਾਂ ਤੋਂ ਇਹ ਸਵਾਲ ਕੀਤਾ ਜਾਂਦਾ ਸੀਗਾ ਕਿ ਤੁਸੀਂ ਕਿਉਂ ਨਾਗਰਿਕ ਸ਼ਹਿਰੀ ਨੂੰ ਨਹੀਂ ਲਾ ਰਹੇ ਜੇਕਰੋਂ ਇਹ ਗੱਲ ਹੋਈ ਕਿ ਕੈਲੀਫੋਰਨੀਆ ਦੇ ਸੰਗਤ ਨੇ ਆਪਣੀਆਂ ਕਮੇਟੀਆਂ ਰਾਹੀਂ ਗੁਰਦੁਆਰਿਆਂ ਨੇ ਇਕੱਤਰਤਾ ਕਰਕੇ ਰੈਜ਼ੋਲਿਊਸ਼ਨ ਪਾਸ ਕੀਤਾ ਕਿ 2003 ਵਾਲੀ ਜਨਵਰੀ ਨੂੰ ਬੇਨਤੀ ਕੀਤੀ ਅਕਾਲ ਤਖ਼ਤ ਦੇ ਜਥੇਦਾਰ ਸ੍ਰੀ ਗਾਂਧੀ ਜੀ ਨੂੰ ਕਿ 2003 ਜਨਵਰੀ ਤਾਈਂ ਤੁਸੀਂ ਇਸ ਕੈਲੰਡਰ ਨੂੰ ਲਾਗੂ ਕਰ ਦਿਓ ਨਹੀਂ ਤਾਂ ਅਸੀਂ ਆਪਣੇ ਆਪ ਤੌਰ 'ਤੇ ਨਾਨਕ ਸ਼ਾਹੀ ਕੈਲੰਡਰ ਨੂੰ ਆਪਣੇ ਗੁਰਦੁਆਰਾ ਸਾਹਿਬ ਵਾਂਗ ਚਲਾ ਦੇਵਾਂਗੇ ਜਦੋਂ ਇਹ ਰੈਜ਼ੋਲਿਊਸ਼ਨ ਉਹਨਾਂ ਕੋਲ ਪਹੁੰਚਿਆ ਅਤੇ ਉਹਨਾਂ ਨੇ ਉਸੇ ਵੇਲੇ ਹੀ ਮਤਲਬ ਵਿਦਿਨ ਡੇਸ ਦਿਨਾਂ ਦੇ ਵਿੱਚ ਹੀ 11 ਮੈਂਬਰੀ ਕਮੇਟੀ ਦਾ ਸੰਗਠਨ ਕਰ ਦਿੱਤਾ ਕੈਲੰਡਰ 'ਤੇ ਵਿਚਾਰ ਕਰਨ ਵਾਸਤੇ ਨਵਾਂ ਕੈਲੰਡਰ ਤਿਆਰ ਕਰ ਲਈ ਉਸ 11 ਮੈਂਬਰੀ ਕਮੇਟੀ ਵਿੱਚ ਕੋਈ 5-6 ਵਿਦਵਾਨ ਡਾਕਟਰ ਸਨ PhD ਸਨ ਡਾਕਟਰ ਬਲਵੰਤ ਸਿੰਘ ਢਿੱਲੋਂ ਡਾਕਟਰ ਬਾਜਵਾ ਡਾਕਟਰ ਬੀਬੀ ਗੁਰੂ ਨਾਨਕ ਕੌਰ ਡਾਕਟਰ ਜੋਤ ਸਿੰਘ ਡਾਕਟਰ ਦਰਸ਼ਨ ਸਿੰਘ ਚੰਡੀਗੜ੍ਹ ਵਾਲੇ ਡਾਕਟਰ ਕਿਰਪਾਲ ਸਿੰਘ ਅਤੇ ਦਾਸ ਅਤੇ ਪ੍ਰਿੰਸੀਪਲ ਸਵਰਨ ਸਿੰਘ ਅਤੇ ਪ੍ਰਿੰਸੀਪਲ ਡਾਕਟਰ ਅਮਰਜੀਤ ਸਿੰਘ ਸੋ ਇਹ ਕਮੇਟੀ ਸੀਗੀ ਬੀਬੀ ਕਿਰਨ ਜੋਤ ਨਾਲ ਇਹ 11 ਮੈਂਬਰੀ ਕਮੇਟੀ ਦੇ ਵਿੱਚ ਮੀਟਿੰਗਾਂ ਹੋਈਆਂ ਅਤੇ ਕੈਲੰਡਰ ਪਾਸ ਹੋਇਆ ਅਤੇ 28 ਮਾਰਚ 2003 ਨੂੰ ਇਹ ਕੈਲੰਡਰ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ ਵਿੱਚ ਅਤੇ ਦਰਜਨ ਦੇ ਕਰੀਬ ਸਿੱਖ ਸੰਸਥਾਵਾਂ ਦੀ ਹਾਜ਼ਰੀ ਦੇ ਵਿੱਚ ਅਤੇ ਪੱਤਰਕਾਰ ਅਤੇ ਟੈਲੀਵਿਜ਼ਨ ਰਿਪੋਰਟਰਸ ਦੀ ਹਾਜ਼ਰੀ ਦੇ ਵਿੱਚ ਇਹ ਕੈਲੰਡਰ ਜਿਹੜਾ ਆ ਅਪਰੂਵ ਹੋਇਆ ਪੰਜ ਸਿੰਘ ਸਾਹਿਬਾਨ ਵੀ ਉੱਥੇ ਹਾਜ਼ਰ ਸਨ ਅਤੇ ਗਾਂਧੀ ਜੀ ਨੇ ਪੱਤਰ ਲਿਖਿਆ ਪ੍ਰਧਾਨ ਜੀ ਨੂੰ ਕਿ ਇਸ ਕੈਲੰਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਡੋਪਟ ਕਰੇ ਅਤੇ ਇਹ ਪਾਸ ਹੋਇਆ ਅਕਾਲ ਤਖ਼ਤ ਸਾਹਿਬ ਤੋਂ ਦੂਸਰੇ ਦਿਨ 38 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਅਜਲਾਸ ਸੀ ਉਸ ਜਨਰਲ ਅਜਲਾਸ ਵਿੱਚ ਮਤਾ ਪੇਸ਼ ਹੋਇਆ ਅਤੇ ਜਨਰਲ ਬੋਡੀ ਨੇ ਇਸ ਕੈਲੰਡਰ ਨੂੰ ਅਪਰੂਵ ਕੀਤਾ ਸੋ 2003 ਵਾਲਾ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਪਰੂਵ ਵਿਦਵਾਨਾਂ ਤੋਂ ਅਪਰੂਵ ਵਿਦਵਾਨਾਂ ਦੀ ਵੱਡੀ ਗਿਣਤੀ ਤੋਂ ਇਹ ਕੋਈ ਇਸ ਤਰ੍ਹਾਂ ਇਹਦੇ ਵਿੱਚ ਚੇਂਜਾਂ ਨਹੀਂ ਆਈਆਂ ਇਹ ਕੈਲੰਡਰ ਨਹੀਂ ਤਿਆਰ ਕੀਤਾ ਜਿਸ ਤਰ੍ਹਾਂ ਇਸ ਦੇ ਵਿੱਚ ਚੇਂਜਾਂ ਲਿਆਉਣ ਵਾਲਿਆਂ ਨੇ ਕੀਤਾ ਕਿ ਬਾਬਾ ਧੂਮਾ ਜੀ ਅਤੇ ਆਪਣੇ ਜਥੇਦਾਰ ਸਾਹਿਬ ਉਹਨਾਂ ਨੇ ਜੋ ਉਹਨਾਂ ਦੇ ਮਨ ਵਿੱਚ ਆਈਆਂ ਤਬਦੀਲੀਆਂ ਕਰ ਦਿੱਤੀਆਂ ਨਾਨਕ ਸ਼ਾਹੀ ਕੈਲੰਡਰ ਇੱਕ ਬੜੇ ਲੌਂਗ ਪ੍ਰੋਸੈਸ ਦੇ ਵਿੱਚ ਹੈਗੀਆਂ 1995 ਤੋਂ ਲੈ ਕੇ 1992 ਤੋਂ ਲੈ ਕੇ ਜਦੋਂ ਮੈਂ ਪਹਿਲੀ ਵਾਰ ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੂੰ ਮਿਲਿਆ ਅਤੇ 11 ਸਾਲਾਂ ਤੱਕ ਇਸ ਦਾ ਵਿਦਵਾਨ ਅਤੇ ਹੋਰ ਵਿਸ਼ਲੇਸ਼ਣ ਕਰਦੇ ਰਹੇ ਅਤੇ ਇਸ ਤੋਂ ਬਾਅਦ ਇਹ ਕੈਲੰਡਰ ਹੋਣ ਵਿੱਚ ਆਇਆ ਸੀ ਸਾਰੀ ਸਿੱਖ ਸੰਗਤ ਨੇ ਦੁਨੀਆਂ ਦੇ ਵਿੱਚ ਸਿੱਖ ਡਾਇਸਪੋਰਾ ਨੇ ਖਾਸ ਕਰਕੇ ਬਾਕੀ ਵੀ ਸਾਰਿਆਂ ਨੇ ਇਸ ਕੈਲੰਡਰ ਨੂੰ ਅਪਣਾ ਲਿਆ ਸਾਨੂੰ ਕਿਸੇ ਨੂੰ ਘਰ ਘਰ ਜਾ ਕੇ ਇਹ ਕਹਿਣਾ ਨਹੀਂ ਪਿਆ ਨਾਨਕ ਸ਼ਾਹੀ ਕੈਲੰਡਰ ਨੂੰ ਅਪਣਾ ਕਿਉਂਕਿ ਇਸ ਕੈਲੰਡਰ ਦੇ ਵਿੱਚ ਸਿੱਖ ਕੌਮ ਦੀ ਲਿਖ ਸਿੱਖ ਕੌਮ ਦੀ ਆਈਡੈਂਟੀ ਉਸ ਦੇ ਵਿੱਚ ਵਾਧਾ ਇਸ ਕੈਲੰਡਰ ਦਾ ਗੁਰਬਾਣੀ ਅਨੁਸਾਰ ਹੋਣਾ ਇਸ ਕੈਲੰਡਰ ਦਾ ਸਿੰਪਲ ਹੋਣਾ ਸਰਲ ਇਸ ਦੇ ਵਿੱਚ ਸਰਲਤਾ ਹੈ ਜੋ ਨਾ ਬਿਕਰਮੀ ਕੈਲੰਡਰ ਵਿੱਚ ਹੈ ਨਾ ਅੰਗਰੇਜ਼ੀ ਕੈਲੰਡਰ ਵਿੱਚ ਐਗਜ਼ਾਮਪਲ ਕੀ ਹੈ ਸਰਲਤਾ ਦੀ ਬਿਕਰਮੀ ਕੈਲੰਡਰ ਦੇ ਵਿੱਚ ਮਹੀਨੇ ਜਿਹੜੇ ਆ ਉਹ 29, 30, 31 ਅਤੇ 32 ਦਿਨਾਂ ਦੇ ਹੋ ਸਕਦੇ ਅੰਗਰੇਜ਼ੀ ਕੈਲੰਡਰ ਵਿੱਚ ਮਹੀਨੇ 28, 29, 30 ਅਤੇ 31 ਦਿਨਾਂ ਦੇ ਨੇ ਅਤੇ ਨਾਨਕ ਸ਼ਾਹੀ ਕੈਲੰਡਰ ਵਿੱਚ ਮਹੀਨੇ ਕੇਵਲ ਅਤੇ ਕੇਵਲ ਦੋ ਕਿਸਮ ਦੇ ਨੇ ਜਾਂ ਮਹੀਨਾ 30 ਦਿਨਾਂ ਦਾ ਹੋਵੇਗਾ ਜਾਂ 31 ਦਾ ਪਹਿਲੇ 5 ਮਹੀਨੇ ਜਿਹੜੇ 31-31 ਦਿਨ ਨੇ ਅਤੇ ਮਗਰਲੇ 7 ਮਹੀਨੇ ਜਿਹੜੇ ਉਹ 30-30 ਦਿਨ ਦੇ ਨੇ ਅਤੇ ਜਿਸ ਵੇਲੇ ਲੀਪ ਦਾ ਸਾਲ ਆਉਂਦਾ ਉਦੋਂ ਆਖਰੀ ਦਿਨ ਜਿਹੜਾ ਆ ਸਾਲ ਦਾ ਉਹ ਲੀਪ ਈਅਰ ਲੀਪ ਡੇ ਆ ਅਤੇ ਉਸ ਮਹੀਨੇ 31-30 ਫੱਗਣ ਦੇ ਥਾਂ ਫੱਗਣ ਦੇ 30 ਦਿਨਾਂ ਦੇ ਥਾਂ 31 ਦਿਨ ਹੋਣਗੇ ਸੋ ਕੇਵਲ ਦੋ ਕਿਸਮ ਦੇ ਮਹੀਨੇ ਨੇ ਬੱਚਿਆਂ ਨੂੰ ਇਹ ਕੈਲੰਡਰ ਯਾਦ ਕਰਨਾ ਬੜਾ ਆਸਾਨ ਹੋਵੇਗਾ ਤਰੀਕਾ ਆਪ ਹੁਣ ਤੁਸੀਂ ਦੱਸ ਸਕਦੇ ਹੋ ਕਿ 70 ਸਾਲਾਂ ਵਿੱਚ ਮੇਰਾ ਖਿਆਲ ਆ ਵੀ ਇੱਥੇ ਜਿੰਨੀ ਸੰਗਤ ਬਿਰਾਜਮਾਨ ਆ ਉਹਦੇ ਵਿੱਚੋਂ 90% ਬੰਦੇ ਦੱਸ ਸਕਦੇ ਆ ਕਿ ਨਾਨਕ ਸ਼ਾਹੀ ਕੈਲੰਡਰ ਸ਼ਾਇਦ ਇਸ ਤੋਂ ਵੀ ਜ਼ਿਆਦਾ ਵਿੱਚ
ਤਾਂ ਤਾਂ ਸ੍ਰੀ ਗੁਰੂ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ 23 ਤੋਂ 5 ਜਨਵਰੀ ਦਾ ਹੈ ਜੇ ਉਹਨਾਂ ਨੂੰ 23 ਤੋਂ ਨਾ ਚੇਤੇ ਹੋਣ ਤਾਂ 5 ਜਨਵਰੀ ਜ਼ਰੂਰ ਚੇਤੇ ਹੋਊਗੀ ਪਰ ਤੁਹਾਡੇ ਵਿੱਚੋਂ ਕੋਈ ਦੱਸ ਸਕਦਾ ਹੈ ਕਿ 2012 ਦੇ ਵਿੱਚ ਜਿਹੜੀਆਂ ਇਹਨਾਂ ਨੇ ਨਹਾਉਂਦੇ ਸੋਤਾ ਕੀਤੀਆਂ ਉਹਦੇ ਮੁਤਾਬਕ ਕਿਹੜੀ ਤਰੀਕ ਨੂੰ ਉਸ ਦੀ ਸਾਧਨੀ ਕਹਿੰਦੇ ਨਹੀਂ ਮੈਂ ਕਰੂੰਗੀ ਆਮ ਸ਼ੋਰ ਨੋਬੜੀ ਕਹਿ ਕਿ ਮੈਨੂੰ ਪਤਾ ਤੁਸੀਂ ਨਹੀਂ ਦੱਸ ਸਕਦੇ ਇੱਥੇ ਜਿਹੜੀ ਸੰਗਤ ਰਾਜਮਾਨ ਆ ਜਿੰਨਾ ਚਿਰ ਤੁਸੀਂ ਪੰਡਤਾਂ ਦੀਆਂ ਜਾਂਤਰੀਆਂ ਨਾ ਦੇਖੋ ਜੇ 2012 ਵਿੱਚ ਆਉਣ ਵਾਲੀ ਜਾਂਤਰੀ ਦੇਖੋਗੇ ਪੱਤਰ ਇਹੋ ਜਿਹੇ ਫੁੱਲੋਟੀ ਚਲੋ ਸਾਰਿਆਂ ਮਹੀਨਾ ਦੇ ਤਾਂ ਤੁਹਾਨੂੰ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਲੱਭਣਾ ਹੀ ਨਹੀਂ ਕਿਉਂਕਿ 2012 ਸਾਲ ਦੇ ਵਿੱਚ ਉਸ ਦੀ ਸਾਧਵੀ ਹੈ ਹੀ ਨਹੀਂ ਇਸ ਤਰ੍ਹਾਂ ਕਦੇ 2 ਵਾਲੀ ਸਾਲ ਦੇ ਵਿੱਚ ਉਸ ਦੀ ਸਾਧਵੀ ਆ ਜਾਣੀ ਹੈ ਕਿਸੇ ਸਾਲ ਵਿੱਚ 1 ਵਾਰ ਵੀ ਨਹੀਂ ਹੋਣੀ ਇਹ ਬਿਕਰਮ ਕਲੰਡਰ ਦੀ ਗੱਲ ਹੈ ਫਿਰ ਉਸ ਦੇ ਵਿੱਚ ਜਿਹੜੀ ਸਮੱਸਿਆ ਆ ਉਹ ਇਹ ਹੈ ਕਿ ਹਰ 30 ਸਾਲ ਇੱਕ ਵਾਧੂ ਮਹੀਨਾ ਪਾਉਂਦੇ ਆ ਕਿ ਚੰਦਰਮਾ ਦਾ ਸਾਲ ਜਿਹੜਾ ਹੈ ਉਹ ਵੀ ਸੂਰਜੀ ਸਾਲ ਨਾਲੋਂ ਛੋਟਾ ਆ ਸੂਰਜੀ ਸਾਲ 365-366 ਦਿਨਾਂ ਦਾ ਆਉਂਦਾ ਅਤੇ ਚੰਦਰਮਾ ਦਾ 354 ਦਿਨ ਦਾ ਇਸੇ ਕਾਰਨ ਕਰਕੇ ਗੁਰਪੁਰਬ 11 ਦਿਨ ਪਹਿਲਾਂ ਆ ਜਾਂਦੇ ਆ ਪਿਛਲੇ ਸਾਲ ਚੰਦਰਮਾ ਦੀ ਤਰੀਕ ਅਨੁਸਾਰ ਕੱਤਕ ਪੂਰਨਮਾਸ਼ੀ 21 ਨਵੰਬਰ ਨੂੰ ਸੀ ਅਤੇ ਇਸ ਸਾਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ 10 ਨਵੰਬਰ ਨੂੰ ਆ 11 ਦਿਨ ਪਹਿਲਾਂ ਹੈ ਇੱਦਾਂ ਹੀ ਇਹ ਅਗਲੇ ਸਾਲ ਉਦੋਂ 11 ਦਿਨ ਹੋਰ ਪਹਿਲਾਂ ਫਿਰ ਉਦੋਂ ਅਗਲੇ ਸਾਲ ਜਦੋਂ ਇਹਨਾਂ ਨੇ 9ਵਾਂ ਮਹੀਨਾ ਪਾਤਾ ਵਿੱਚ 2012 ਦੇ ਵਿੱਚ ਤਾਂ ਉਹ 18-19 ਦਿਨ ਅਗਲੇ ਸਾਲ ਹੀ 18-19 ਦਿਨ ਗੁਰਪੁਰਬ ਜਿਹੜਾ ਉਹ ਗਾਂਹ ਚਲੇ ਜਾਣਾ ਹੈ ਨਵੰਬਰ ਦੀ 28-29 ਤਰੀਕ ਦੇ ਨੇੜੇ ਤੇੜੇ ਚੱਲ ਜਾਣਾ ਹੈ ਕਿਉਂਕਿ ਉਹ ਮਹੀਨਾ ਵਾਧੂ ਪਿਆ ਹੋਣਾ ਸੀ 11 ਦਿਨ ਪਹਿਲਾਂ ਅਤੇ ਚੱਲ ਜਾਣਾ 19 ਦਿਨ ਬਾਅਦ ਕਿਉਂਕਿ 11 ਅਤੇ 19 30 ਦਿਨ ਹੁੰਦੇ ਆ ਅਤੇ ਇਹ ਸਮੱਸਿਆ ਦੂਜੀ ਆ ਕਿ ਲਾਉਣ ਦਾ ਮਹੀਨਾ ਜਾਂ ਵਾਧੂ ਮਹੀਨਾ ਪੈਂਦਾ ਹੈ ਹੋਰ ਸਮੱਸਿਆ ਲਾਉਣ ਦੇ ਮਹੀਨੇ ਦੀ ਕੀ ਆ ਉਹ ਇਹ ਆ ਕਿ 2 ਮਹੀਨੇ ਇੱਕੋ ਨਾਂ ਦੇ ਆਉਂਦੇ ਚੰਦਰਮਾ ਦੇ ਵਿੱਚ ਅਗਲੇ ਸਾਲ ਨੂੰ 2 ਭਾਦੋਂ ਦੇ ਮਹੀਨੇ ਆਉਣੇ ਆ ਇੱਕ ਪਹਿਲਾ ਮਹੀਨਾ ਭਾਦੋਂ ਦਾ ਇੱਕ ਦੂਜਾ ਮਹੀਨਾ ਭਾਦੋਂ ਦਾ 13 ਮਹੀਨੇ ਹੋਣੇ ਆ ਆਪਣੇ ਸਾਨੂੰ ਕੀ ਪ੍ਰੋਬਲਮ ਆ ਸਾਨੂੰ ਕੀ ਸਮੱਸਿਆ ਆ ਕਈ ਕਹਿੰਦੇ ਆ ਫਿਰ ਕੀ ਹੋ ਗਿਆ ਫਿਰ ਹੋਇਆ ਕਿਉਂ ਨਹੀਂ ਜਦੋਂ ਭਾਦੋਂ ਦਾ ਪਹਿਲਾ ਮਹੀਨਾ ਆਵੇਗਾ ਅਤੇ ਜਿਹੜੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਚੰਦਰਮਾ ਦੀਆਂ ਤਿਥਾਂ ਦੇ ਮੁਤਾਬਕ ਭਾਦੋਂ ਸੁਦੀ ਪਹਿਲੀ ਦਾ ਏਕ ਹੁੰਦਾ ਆ ਅਤੇ ਅਸੀਂ ਜਿਹੜੀ ਪਹਿਲੇ ਮਹੀਨੇ 'ਚ ਭਾਦੋਂ ਸੁਦੀ ਏਕਮ ਹੋਊਗੀ ਉਹ ਸ਼੍ਰੋਮਣੀ ਕਮੇਟੀ ਦੇ ਨਵੇਂ ਕੈਲੰਡਰ ਦੇ ਮੁਤਾਬਕ ਉਹ 'ਚ ਗੁਰਪੁਰਬ ਨਹੀਂ ਮਨਾ ਸਕਦੇ ਕਿਉਂ ਨਹੀਂ ਉਦੋਂ ਨੂੰ ਮਨਾ ਸਕਦੇ ਕਿਉਂਕਿ ਪੰਡਿਤ ਕਹਿੰਦੇ ਨੇ ਜਿਹੜਾ ਉਹ ਮਹੀਨਾ ਹੈ ਮਾੜਾ ਹੈ ਉਹ ਮਲ ਮਾਸਾ ਗੰਦਾ ਮਹੀਨਾ ਹੈ ਐਂਟਰ ਕੈਲਰੀ ਵਾਧੂ ਮਹੀਨਾ ਹੈ ਅਸ਼ੌਧ ਮਹੀਨਾ ਹੈ ਅਤੇ ਅਸੀਂ ਮਹੀਨਾ ਭਰ ਵੇਟ ਕਰਾਂਗੇ ਜਦੋਂ ਦੂਜੀ ਵਾਰ ਭਾਦੋਂ ਸੁਦੀ ਏਕਮ ਆਊਗੀ ਤਾਂ ਉਦੋਂ ਗੁਰਪੁਰਬ ਮਨਾਉਣਾ ਹੈ ਇੱਦਾਂ ਜਦੋਂ ਜੇਠ ਦੇ 2 ਮਹੀਨੇ ਹੋ ਜਾਂਦੇ ਆ ਉਦੋਂ ਸੁਦੀਆਂ ਦੇ ਮੁਤਾਬਕ ਜੇਠ ਸੁਦੀ 4-2 ਵਾਰੀ ਮਹੀਨੇ ਦੇ ਫਰਕ ਨਾਲ ਆਉਂਦੀ ਹੈ ਅਤੇ ਪਹਿਲੀ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਣਾ ਅਤੇ ਮਹੀਨੇ ਬਾਅਦ ਮਨਾਉਣਾ ਆ ਕਿਉਂਕਿ ਪੰਡਤਾਂ ਦਾ ਇਹ ਰੂਲ ਆ ਸਾਡਾ ਰੂਲ ਨਹੀਂ ਸਾਡਾ ਰੂਲ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਲ ਆ ਉਹ ਰੂਲ ਇਹ ਆ ਕਿ ਮਹਾਂਦੇਵ ਸਮੁਦਰ ਕਰੇ ਜਿਸ ਕੋ ਨਜ਼ਰ ਕਰੇ ਨਾਨਕ ਨੂੰ ਕਹਿੰਦਾ ਸਥਾਨ ਕਿਰਪਾ ਕਰੋ ਕਰੇ ਸਾਰੇ ਮਹੀਨੇ ਚੰਗੇ ਆ ਸਾਰੇ ਰੂਲ ਚੰਗੇ ਆ ਸਾਰੇ ਭਲੇ ਦਾ ਮਤਲਬ ਚੰਗੇ ਸਾਰੇ ਚੰਗੇ ਆ ਜੇ ਉਸ ਗੁਰੂ ਦੀ ਮਿਹਰ ਹੋਵੇ ਜਿਸ ਮਿਹਰ ਦੁਆਰਾ ਤੁਸੀਂ ਕੋਈ ਚੰਗਾ ਕੰਮ ਕਰ ਲਿਆ ਆਪ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕਰ ਲਿਆ ਅਤੇ ਸਾਰੇ ਮਹੀਨੇ ਅਤੇ ਸਾਰੇ ਦਿਨ ਚੰਗੇ ਆ ਇਹ ਆ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਚੰਦਰਮਾਸ ਦੀਆਂ ਸੁਦੀਆਂ ਹੋਈਆਂ ਦੀ ਗੱਲਬਾਤ ਅਤੇ ਨਾਲ ਹੁਣ ਇੱਕ ਹੋਰ ਸਮੱਸਿਆ ਵੀ ਤੁਹਾਡੇ ਸਾਹਮਣੇ ਇਹ ਜਿਹੜੀਆਂ ਇਹਨਾਂ ਨੇ ਤਬਦੀਲੀਆਂ ਕੀਤੀਆਂ ਹੋਰ ਸਮੱਸਿਆ ਵੀ ਆਵੇਗੀ ਉਹ ਕੀ ਸਮੱਸਿਆ ਹੈ 2014 ਸਾਲ ਦੇ ਵਿੱਚ 28 ਦਸੰਬਰ ਨੂੰ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੂਜੀ ਵਾਰ ਸਾਲ 'ਚ ਆਉਣਾ 28 ਦਸੰਬਰ ਨੂੰ ਪਹਿਲਾ ਦਿਹਾੜਾ ਜਨਵਰੀ ਵਿੱਚ ਆ ਦੂਜੀ ਵਾਰੀ ਪੋਸੋ ਦੀ ਸਾਧਵੀਂ 28 ਦਸੰਬਰ ਨੂੰ ਅਤੇ ਨਾਲ 28 ਦਸੰਬਰ ਨੂੰ ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਹ ਦੋਨੋਂ ਤਰੀਕਾਂ ਇਕੱਠੀਆਂ ਹੋਈਆਂ 2014 ਦੇ ਵਿੱਚ ਅਤੇ ਮੈਂ ਜਥੇਦਾਰ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਸੀ ਉਹ ਸਵਾਲ ਪਾਇਆ ਸੀ ਵੀ ਤੁਸੀਂ ਦੱਸੋ
ਤੇ ਕਿਹੜਾ ਪੁਰਬ ਤੁਸੀਂ ਦੱਸ ਦੇਣ ਗਾਹ ਕਰਨਾ ਜਾਂ ਪਿਛਾਹ ਕਰਨਾ ਜਾਂ ਦੋਨੋਂ ਦੇ ਦਿਹਾੜੇ ਇੱਕੋ ਦਿਨ ਮਨਾਉਣੇ ਆ 28 ਦਸੰਬਰ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਤੇ ਸਾਹਿਬਜ਼ਾਦਿਆਂ ਦਾ ਛੋਟਿਆਂ ਦਾ ਸ਼ਹੀਦੀ ਦਿਹਾੜਾ ਵੀ ਇਹ ਸਮੱਸਿਆਵਾਂ ਨਿਕਲਣ ਕਰਨ ਦੇ ਵਿੱਚ ਹਾਂ ਤੇ ਹੁਣ ਇੱਕ ਤਾਜ਼ੀ ਸਮੱਸਿਆ ਜਿਹੜੀ ਹੈ ਉਹ ਆਪਣੇ ਜਥੇਦਾਰ ਸਾਹਿਬ ਨਾਨਕਗੜ੍ਹ ਸਾਹਿਬ ਨੇ ਹਾਈਲਾਈਟ ਕੀਤੀ ਹੈ ਕੈਲੰਡਰ ਦੇ ਵਿੱਚ ਜਿਹੜੀਆਂ ਇਹਨਾਂ ਨੇ ਤਬਦੀਲੀਆਂ ਕੀਤੀਆਂ ਹੈ ਉਹ ਸਮੱਸਿਆ ਕੀ ਹੈ ਉਹ ਇਹ ਕਿ ਇਹਨਾਂ ਨੇ ਸ਼ਹੀਦੀ ਦਿਹਾੜਾ ਪੰਜਵੇਂ ਪਿਤਾ ਦਾ 5 ਨੂੰ ਮਨਾ ਲਿਆ ਜੇਠ ਸੁਦੀ 4 ਦੇ ਮੁਤਾਬਕ ਅਤੇ 6ਵੇਂ ਪਾਤਸ਼ਾਹ ਦਾ ਜਿਹੜਾ ਗੁਰਗੱਦੀ ਦਿਵਸ ਆ ਉਹ ਉਸ ਤੋਂ 5-6 ਦਿਨ ਬਾਅਦ 11 ਜੂਨ ਨੂੰ ਮਨਾਇਆ ਉਹਨਾਂ ਨੇ ਪਹਿਲਾਂ ਹੀ ਸਵਾਲ ਇਹ ਕੀਤਾ ਸੀ ਵੀ ਸ਼੍ਰੋਮਣੀ ਕਮੇਟੀ ਦੱਸੇ ਜਾਂ ਜਥੇਦਾਰ ਸਾਹਿਬ ਦੱਸਣ ਵੀ ਗੁਰੂ ਮਹਾਰਾਜ ਦੀ ਸ਼ਹੀਦੀ ਤੋਂ 6 ਦਿਨ ਬਾਅਦ 6ਵੇਂ ਪਾਤਸ਼ਾਹ ਨੂੰ ਗੁਰਗੱਦੀ ਕਹਿ ਦਿੱਤੀ ਸੀ ਜਦਕਿ ਇਤਿਹਾਸਕ ਤੱਥ ਇਹ ਆ ਕਿ ਗੁਰੂ ਮਹਾਰਾਜ ਸ਼ਹੀਦੀ ਤੋਂ ਪਹਿਲਾਂ 5 ਦਿਨ 6ਵੇਂ ਪਾਤਸ਼ਾਹ ਨੂੰ ਗੁਰਗੱਦੀ ਦੇ ਕੇ ਲਾਹੌਰ ਗਏ ਸਨ ਸੋ ਨਾਨਕ ਸ਼ਾਹੀ ਕੈਲੰਡਰ ਵਿੱਚ 11 ਜੂਨ ਦੀ ਤਰੀਕ ਜਿਹੜੀ ਆ ਉਹ 6ਵੇਂ ਪਾਤਸ਼ਾਹ ਦੀ ਗੁਰਗੱਦੀ ਦਾ ਦਿਵਸ ਆ ਅਤੇ 16 ਜੂਨ 2 ਦੀ ਤਰੀਕ ਉਹਨਾਂ ਦੀ ਸ਼ਹੀਦੀ ਦਾ ਜਿਹੜੀ 5 ਦਿਨ ਬਾਅਦ ਆ ਅਤੇ ਉਹ ਸਾਡੀ ਇਤਿਹਾਸਿਕ ਤੌਰ 'ਤੇ ਸਹੀ ਤਰੀਕਾ ਨੇ ਸੋ ਇਸ ਤਰ੍ਹਾਂ ਦੀਆਂ ਸਮੱਸਿਆ ਉਹਨਾਂ ਨੇ ਰਲਾ ਮਿਲਾ ਕੇ ਮੇਰੇ ਗੋਭਾ ਜਿਹਾ ਬਣਾ ਦਿੱਤਾ ਹੈ ਕੁਝ ਤਰੀਕਾ ਨਾਨਕ ਸ਼ਾਹੀ ਦੀਆਂ ਰੱਖ ਲਈਆਂ ਅਤੇ ਬਿਕਰਮੀ ਦੀਆਂ ਸਾਰੀਆਂ ਸੰਗਾਂਦਾ ਕਰ ਦਿੱਤੀਆਂ ਆ ਬਿਕਰਮੀ ਦੇ ਮੇਜਰ ਗੁਰਪੁਰਬ ਜਿਹੜੇ ਆ ਅਸੀਂ ਮਨਾਉਣੇ 10ਵੇਂ ਪਿਤਾ ਦਾ ਪ੍ਰਕਾਸ਼ ਦਿਹਾੜਾ ਉਹ ਸੂਰੀਆਂ ਵਧੀਆਂ ਮੁਤਾਬਕ ਕਰਤਾ 5ਵੇਂ ਪਿਤਾ ਦਾ ਸ਼ਹੀਦੀ ਦਿਹਾੜਾ ਸੂਰੀਆਂ ਵਧੀਆਂ ਮੁਤਾਬਕ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗੁਰਗੱਦੀ ਦਿਵਸ ਆ ਅਤੇ 10ਵੇਂ ਪਿਤਾ ਦਾ ਜੋਤੀ ਜੋਤ ਸਮਾਉਂਦਾ ਦਿਵਸ ਉਹ ਵੀ ਦੋਵੇਂ ਬਦਲ ਦਿੱਤੇ ਨੇ ਅਤੇ ਇਹ ਸਾਰੇ ਬਦਲ ਕੇ ਦੇਖੋ ਮੁੜ ਬਿਕਰਮੀ 'ਚ ਕਰ ਦਿੱਤੇ ਨੇ ਅਸੀਂ ਤਾਂ ਬਿਕਰਮੀ ਨੂੰ ਛੱਡਿਆ ਸੀਗਾ ਚੰਦਰਮਾ ਵਾਲੇ ਨੂੰ ਮੁੜ ਕੇ ਚੰਦਰਮਾ ਵਾਲੀਆਂ ਜਿੱਥਾਂ 'ਚ ਕਰ ਦਿੱਤੇ ਨੇ ਅਤੇ ਨਾ ਨਾਨਕ ਸ਼ਾਹੀ ਕੈਲੰਡਰ ਹੀ ਰਹਿਣ ਦਿੱਤਾ ਹੈ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਨਾਨਕ ਸ਼ਾਹੀ ਕੈਲੰਡਰ ਨਹੀਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਛਾਪਿਆ ਇਹ ਬਿਕਰਮੀ ਕੈਲੰਡਰ ਬਿਕਰਮੀ ਕਾਰਨ ਉਸ ਤਰ੍ਹਾਂ ਹੋਇਆ ਆ ਕੁਝ ਇੱਕ ਤਰੀਕਾ ਜ਼ਰੂਰ ਨਾਨਕ ਸ਼ਾਹੀ ਦੀਆਂ ਪਿਛਲੀਆਂ ਰਹਿਣ ਦਿੱਤੀਆਂ ਨੇ ਜਿਹੜੀਆਂ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਇਤਰਾਜ਼ ਕਰਦੇ ਰਹੇ ਨੇ ਵਿਰੋਧੀ ਦੇਖੋ ਜੀ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ 4-4 ਗੁਰਪੁਰਬ ਇਕੱਠੇ ਆਏ ਆ ਗਏ ਇੱਕੋ ਦਿਨ ਤੁਸੀਂ ਇਹ ਇਤਰਾਜ਼ ਸੁਣੇ ਹੋਣਗੇ ਅਖਬਾਰਾਂ ਵਿੱਚ ਆਏ ਨੇ ਵੀ 2 ਨੂੰ 4 ਗੁਰਪੁਰਬ ਇਕੱਠੇ ਨੇ 3ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣਾ 4ਵੇਂ ਪਾਤਸ਼ਾਹ ਦਾ ਗੁਰਗੱਦੀ 'ਤੇ ਬਿਰਾਜਮਾਨ ਹੋਣਾ ਉਸੇ ਦਿਨ ਅਤੇ ਪੂਰੇ 7 ਸਾਲ ਬਾਅਦ 4ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ ਅਤੇ ਉਹ ਜੋਤੀ ਜੋਤ ਸਮਾਉਣ ਸਮੇਂ 5ਵੇਂ ਪਿਤਾ ਨੂੰ ਗੁਰਗੱਦੀ ਦੇਣੀ ਅਤੇ 4 ਦੇ 4 ਗੁਰਪੁਰਬ ਇੱਕੋ ਤਰੀਕ ਦੇ 2 ਸੂਬੇ ਨੇ ਭਾਈ ਖਾਨ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਖੋਲ੍ਹ ਕੇ ਤੁਸੀਂ ਦੇਖ ਰਹੇ ਹੋ ਅਤੇ 4 ਗੁਰਪੁਰਬ 2 ਸੂਬੇ ਲਿਖੇ ਗਏ ਨੇ ਸੋ ਅਸੀਂ ਕੋਈ ਆਪਣੇ ਕੋਲੋਂ ਤਰੀਖ ਨਹੀਂ ਭਾਈ ਇਹ ਇਤਰਾਜ਼ ਕਰਦੇ ਆਏ ਆ ਟਕਸਾਲ ਅੰਮ੍ਰਿਤ ਟਕਸਾਲ ਵਾਲੇ ਸੰਤ ਸਮਾਜ ਵਾਲੇ 4-4 ਗੁਰਪੁਰਬ ਇਕੱਠੇ ਕਰ ਦਿੱਤੇ ਨੇ ਹੁਣ ਉਹ ਦੱਸਣ ਵੀ ਉਹ 4 ਗੁਰਪੁਰਬ ਤੁਸੀਂ ਕਿਉਂ ਰਹਿਣ ਦਿੱਤੇ ਨੇ ਜਿਹੜਾ ਨਵਾਂ ਬਦਲਿਆ ਹੋਇਆ ਕੈਲੰਡਰ ਆ ਜੇ ਤਾਂ ਤੁਸੀਂ 7 ਸਾਲ ਇਤਰਾਜ਼ ਕਰਦੇ ਆਏ ਨੇ ਆਏ ਹੋ ਅਤੇ ਉਹ ਹੁਣ ਉਹ 4 ਦੇ 4 ਹੁਣ ਨਹੀਂ ਉਹ ਤੁਹਾਨੂੰ ਦੱਸਦੇ ਵੀ ਇੱਕ ਦਿਨ ਆ ਗਏ ਨੇ ਹੁਣ ਉਹਨਾਂ ਨੂੰ ਨਾਨਕ ਸ਼ਾਹੀ ਵਾਲੇ ਤਰੀਕਾਂ ਹੀ ਉਹ ਰਹਿਣ ਦਿੱਤੀਆਂ ਉਹਨਾਂ ਨੂੰ ਪੜਕਾਈਆਂ ਇਸੇ ਤਰ੍ਹਾਂ ਕੁਝ ਹੋ ਸੋ ਇਹ ਤੁਸੀਂ ਦੇਖ ਲਓ ਵੀ ਇਹ ਡਬਲ ਟਾਕ ਹੈ ਵੀ ਕਹਿਣਾ ਹੋਰ ਅਤੇ ਕਰਨ ਕਰਨੀ ਗੱਲ ਹੋਰ ਸੋ ਗੁਰੂ ਪਿਆਰੀ ਸਤਿ ਸੰਗਤ ਜੀ ਇਸ ਕੈਲੰਡਰ ਦੇ ਪਿੱਛੇ ਦਾਸ ਨੇ ਬਹੁਤ ਕੰਮ ਕੀਤਾ ਹੈ ਇਹ ਕੋਈ 2 ਦਿਨਾਂ ਦਾ ਕੰਮ ਨਹੀਂ ਇਹ ਕੋਈ 1992 ਵਾਲੀ ਗੱਲ ਨਹੀਂ ਸੀ ਕਿ ਮੈਂ ਲੈ ਕੇ ਚਲੇ ਗਿਆ ਮੈਂ ਕੁਝ ਇੱਕ ਤੁਹਾਡੇ ਨਾਲ ਸਾਂਝ ਕਰਨੀ ਆ ਕੁਛ ਆਪਣੇ ਕੰਮ ਦੀ ਪਰ ਤੁਹਾਨੂੰ ਪਤਾ ਨਹੀਂ ਉਹ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਦੱਸ ਸਕੇ ਜਾਂ ਨਾ ਦੱਸ ਸਕੇ ਤਾਂ ਮੇਰੀ ਮਜ਼ਬੂਰੀ ਆ ਤਾਂ ਫਿਰ ਮੈਂ ਬੰਦ ਹੀ ਕਰ ਦੇਵਾਂਗਾ ਅਤੇ ਗੱਲਾਂ ਬਾਤਾਂ ਨਾਲ ਜੋ ਕੁਛ ਮੈਂ ਦੱਸ ਸਕਾਂ ਉਹ ਦੱਸਾਂਗਾ ਪੂਰੀ ਸਕਰੀਨ 'ਤੇ ਨਹੀਂ ਆ ਰਿਹਾ
ਇਹ ਉਧਰ ਸ਼ਾਇਦ ਬੀਬੀਆਂ ਵੱਲ ਸਕਰੀਨ ਚੱਲ ਰਿਹਾ ਹੋਵੇਗਾ ਇਹ ਮੇਰੀ ਪਰਸਨਲ ਲਾਇਬ੍ਰੇਰੀ ਦੇ ਵਿੱਚੋਂ ਇੱਕ ਰੈਕ ਦੀਆਂ ਕਿਤਾਬਾਂ ਨੇ ਇਸ ਦੇ ਵਿੱਚ ਜਿਹੜਾ ਰੈਕ ਤੁਹਾਡੇ ਸਾਹਮਣੇ ਆ ਇਹ ਸੈਂਟਰ ਵਿੱਚ ਇਸ ਦੇ ਵਿੱਚ ਕੋਈ 125 ਕਿਤਾਬ ਕੇਵਲ ਤੇ ਕੇਵਲ ਕੈਲੰਡਰਾਂ ਤਾਂ ਐਸਟ੍ਰੋਨੋਮੀ ਦੇ ਆ ਕੋਈ 125 ਕੋਈ ਇੱਕ ਦੋ ਕਿਤਾਬਾਂ ਪੜ੍ਹ ਕੇ ਦੱਸ ਲਿਖਣ ਵਾਲੀ ਗੀਤਾ ਕਲੰਡਰ ਦਾ ਹਰ ਪਾਸਿਓਂ ਹਰ ਪੱਖੋਂ ਇਸ ਨੂੰ ਵਿਚਾਰਿਆ ਏਨਸ਼ੰਟ ਐਸਟ੍ਰੋਨੋਮੀ ਅਤੇ ਮਾਡਰਨ ਐਸਟ੍ਰੋਨੋਮੀ ਸਾਲਾਂ ਦੀ ਸਾਲ ਮਿਹਨਤ ਕਰਕੇ ਦੱਸ ਰਿਹਾ ਸੀ ਉੱਧਰ ਸਕਰੀਨ 'ਤੇ ਜਾਂ ਕਿਸੇ ਨੇ ਹਾਂਜੀ ਥੋੜ੍ਹਾ ਥੋੜ੍ਹਾ ਮੈਂ ਫਿਰ ਕਰੀ ਜਾਂਦਾ ਟਾਈਮ ਜ਼ਿਆਦਾ ਲੱਗ ਜਾਵੇਗਾ ਨਹੀਂ ਛੇਤੀ ਛੇਤੀ ਹੋ ਜਾਣਾ ਸੀ ਪੁਆਇੰਟਰ ਨਾਲ ਮੈਂ ਦਿਖਾ ਨਹੀਂ ਸਕਦਾ ਇਸ ਦੇ ਵਿੱਚ ਆ ਉੱਪਰ ਸਾਰੀਆਂ ਬੜੀਆਂ ਬੜੀਆਂ ਪੁਸਤਕਾਂ ਨੇ ਇੱਕ ਪੁਸਤਕ ਇੱਧਰ ਸੱਜੇ ਪਾਸੇ ਜਿਹੜੀ ਸਭ ਤੋਂ ਮੋਟੀ ਕਿਤਾਬ ਆ ਇਸ ਦੇ ਵਿੱਚ ਸੰਨ 2 ਤੋਂ ਲੈ ਕੇ 1650 ਸੰਨ ਤੱਕ ਦੇ ਗ੍ਰਹਿਆਂ ਦੀਆਂ ਪੋਜੀਸ਼ਨਾਂ ਗੋਰਿਆਂ ਗੋਰੇ ਦੀ ਪੜ੍ਹਾਈ ਆ ਮਿਸਟਰ ਬ੍ਰਾਇਨ ਟਕਰ ਉਹਦੀ ਕਿਤਾਬ ਪੜ੍ਹਾਈ ਹੈ 1600 ਸਾਲ ਦੇ ਗ੍ਰਹਿਆਂ ਦੀਆਂ ਪੋਜੀਸ਼ਨਾਂ ਚੰਦਰਮਾ ਸੂਰਜ ਮੰਗਲ ਬੁੱਧ ਸ਼ੁਕਰ ਸ਼ਨੀ ਇਹ ਕਾਹਦੇ ਮੈਂ ਕਿਤਾਬ ਖਰੀਦੀ ਮੈਂ ਆਪ ਕੈਲਕੂਲੇਸ਼ਨ ਕਰ ਸਕਦਾ ਸੀ ਗ੍ਰਹਿਆਂ ਦੀ ਪੋਜੀਸ਼ਨ ਇਹ ਤੁਹਾਡੇ ਲਈ ਖਰੀਦੀ ਇਹਦਾ ਮਤਲਬ ਤੁਹਾਡੇ ਲਈ ਇਸ ਤਰ੍ਹਾਂ ਖਰੀਦੀ ਤੁਹਾਡੇ ਵਿੱਚੋਂ ਕੁਝ ਸੱਜਣਾ ਨੂੰ ਕਹਿਣਾ ਇਹ ਕਿਹੜੀ ਕਿਤਾਬ 'ਚ ਲਿਖਿਆ ਹੈ ਮੈਂ ਉਹਦਾ ਲੱਖ ਤੁਹਾਨੂੰ ਕਹਿ ਦੇਵਾਂ ਕਿ ਲਓ ਜੀ ਆਹ ਗਲਤ ਆ ਗਲਤ ਆ ਛੇਕਣੋਂ ਬੋਟਮ ਲਾਈਨ ਸਵਾਲ ਇਹ ਜਾਂਦਾ ਇਹ ਕਿੱਥੇ ਲਿਖਿਆ ਹੈ ਆਹ ਜਿਹੜਾ ਮੈਂ ਗ੍ਰਹਿ ਹਾਂ ਸਭ ਕੁਛ ਇਕੱਠਾ ਕੀਤਾ ਹੈ ਨਾ ਇਹ ਕਿੱਥੇ ਲਿਖਿਆ ਦਾ ਜਵਾਬ ਦੇਣ ਲਈ ਆ ਸੋ ਇਸ ਕਿਤਾਬ ਦੁਆਰਾ ਅਸੀਂ ਇਹ ਸਿੱਧ ਕਰ ਸਕਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿੰਨੇ ਵੀ ਟੇਵੇ ਬਣੇ ਆ ਉਹ ਸਾਰੇ ਜਾਰੀ ਨੇ ਜਿਹਨਾਂ ਟੇਵਿਆਂ ਜਿਹੜੇ ਟੇਵੇ ਈਸ਼ਰ ਸਿੰਘ ਨਾਰਾ ਨੇ ਦਿੱਤੇ ਆਪਣੀ ਪੁਸਤਕ ਕੱਤਕ ਵਿਸਾਖ ਨਹੀਂ ਕੱਤਕ ਜਾਂ ਜਿਹੜਾ ਟੇਵਾ ਸਰਦਾਰ ਕਰਮ ਸਿੰਘ ਸੋਰੀਅਨ ਨੇ ਦਿੱਤਾ ਵਿਸਾਖ ਦੀ ਵਿਰੋਧਤਾ ਦੇ ਉਹ ਦੋਵੇਂ ਟੇਵੇ ਗਲਤ ਨੇ ਇੱਕ ਟੇਵਾ ਹੋਰ ਆਪਣੇ ਇੱਕ ਵੱਡੇ ਰਾਈਟਰ ਨੇ ਦਿੱਤਾ ਹੈ ਉਹ ਟੇਵਾ ਵੀ ਗਲਤ ਆ ਸੋ ਹਜੇ ਤਾਈਂ ਮੈਨੂੰ ਕੋਈ ਟੇਵਾ ਜਿਹੜਾ ਆ ਪੁਰਾਤਨ ਜਿਹੜਾ ਹੋਵੇ ਮਾਡਰਨ ਮੈਂ ਅੱਜ ਕੱਲ੍ਹ ਟੇਵਾ ਬਣਾਵਾਂ ਨਾ ਗੁਰੂ ਨਾਨਕ ਪ੍ਰਕਾਸ਼ ਦਾ ਗੁਰੂ ਨਾਨਕ ਸਾਹਿਬ ਦਾ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦਾ ਉਹ ਟੇਵਾ ਤਾਂ ਸਹੀ ਹੋਵੇਗਾ ਮਾਡਰਨ ਕੈਲਕੂਲੇਸ਼ਨ ਨਾਲ ਪਰ ਅਸੀਂ ਪੁਰਾਤਨ ਟੇਵੇ ਲਿਖਣੇ ਆ ਕਿ ਉਹ ਐਕਚੁਅਲ ਸੱਚੀ ਉੱਚੀ ਨੂੰ ਸੁਮਕ ਕੇ ਬਣਾਏ ਗਏ ਸੀ ਪੁਜੀਸ਼ਨਾਂ ਕਹਿ ਰਹੇ ਹਨ ਇਹਦੇ ਮੁਤਾਬਕ ਜਾਂ ਉਹ ਜਾਰੀ ਨੇ ਬਿਲਕੁਲ ਜਾਰੀ ਟੇਵੇ ਨੇ ਉਹਨਾਂ 'ਤੇ ਮੈਂ ਕਿਤੇ ਫਿਰ ਵਿਸਥਾਰ ਨਾਲ ਜੇ ਸੰਗਤ ਤੋਂ ਬਾਅਦ ਵਿੱਚ ਗੈਦਰਿੰਗ ਤੋਂ ਦੀਵਾਨ ਤੋਂ ਬਾਅਦ ਵਿੱਚ ਤੁਹਾਨੂੰ ਦੱਸ ਸਕਦਾ ਹਾਂ ਵੀ ਕੀ ਗੱਲ ਹੈ ਇਹ ਪੁਸਤਕ ਹੈ ਜਿਸ ਦਾ ਨਾਂ ਸੂਰਿਆ ਸਿਧਾਂਤ ਆ ਇਹ ਸੰਸਕ੍ਰਿਤ ਦੇ ਵਿੱਚ ਆ ਅਤੇ ਦਾਸ ਨੇ ਸੰਸਕ੍ਰਿਤ ਦੀ ਵੀ ਸਟੱਡੀ ਕੀਤੀ ਆ ਪਰਸ਼ੀਅਨ ਦੀ ਵੀ ਕੀਤੀ ਆ ਰੇਵਿਕ ਵੀ ਮਾੜੀ ਮੋਟੀ ਪੜ੍ਹੀ ਹੋਈ ਆ ਅਤੇ ਪੰਜਾਬੀ ਅੰਗਰੇਜ਼ੀ ਹਿੰਦੀ ਉਰਦੂ ਤੇ ਆਉਣਾ ਹੀ ਸੀਗਾ ਸੋ ਇਸ ਦੇ ਵਿੱਚ ਪੁਸਤਕ ਦੇ ਵਿੱਚ ਉਹ ਸਾਰੇ ਫਾਰਮੂਲੇ ਦਿੱਤੇ ਨੇ ਜਿਹਨਾਂ ਮੁਤਾਬਕ ਬਿਕਰਮੀ ਕੈਲੰਡਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਤੋਂ ਲੈ ਕੇ 1960 ਦੇ ਦਹਾਕੇ ਤਾਈਂ ਬਣਦਾ ਰਿਹਾ ਹੈ ਇਹ ਆ ਪੁਸਤਕ ਸੂਰਿਆ ਸਿਧਾਂਤ ਇਸ ਦੇ ਵਿੱਚੋਂ ਇੱਕ ਪੜ੍ਹਾ ਇਸ ਤੋਂ ਅਗਲੀ ਪੁਸਤਕ ਆ ਗ੍ਰਹਿ ਲਾਗਵ ਇਹ ਇੱਕ ਜੋਤਸ਼ੀ ਹੋਇਆ ਜਾਂ ਪੰਡਿਤ ਹੋਇਆ ਹੱਥ ਦੇਖਣ ਵਾਲੇ ਜੋਤਸ਼ੀ ਨਹੀਂ ਇਹ ਗਣਤ ਕਰਨ ਵਾਲੇ ਤਾਰਿਆਂ ਅਤੇ ਗ੍ਰਹਿਆਂ ਦੀ ਗਣਤ ਕਰਨ ਵਾਲੇ ਜੋਤਸ਼ੀ ਨੇ ਇਹ ਜਿਹੜਾ ਜੋਤਸ਼ੀ ਇਹ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਸੀ ਤਕਰੀਬਨ ਅਤੇ ਇਸ ਨੇ ਇਹ ਪੁਸਤਕ ਲਿਖੀ ਇਸ ਨੇ ਸੂਰਜ ਸਿਧਾਂਤ ਦੇ ਫਾਰਮੂਲਿਆਂ ਨੂੰ ਥੋੜ੍ਹਾ ਸਿੰਪਲੀਫਾਈ ਕਰ ਦਿੱਤਾ ਛੋਟੇ ਕਰਕੇ ਗਣਤ ਜ਼ਰਾ ਕੁ ਸਿਖਾਲੀ ਕਰ ਦਿੱਤੀ ਇਸ ਤੋਂ ਅੱਗੇ ਇੱਕ ਪੰਡਿਤ ਹੋਇਆ ਜਿਸ ਦਾ ਨਾਮ ਗ੍ਰੰਥ ਸੀ
ਤੇ ਉਸਨੇ ਟੇਬਲਸ ਤਿਆਰ ਕੀਤੇ ਉਹਦੇ ਤਿਆਰ ਕੀਤੇ ਹੋਏ ਟੇਬਲਸ ਨੂੰ ਮਕਰੰਦ ਸਾਰਣੀ ਕਹਿੰਦੇ ਆ ਉਹ ਆ ਮਕਰੰਦ ਸਾਰਣੀ ਪੁਸਤਕਾਂ ਇਹਨਾਂ ਤਿਹਾ ਪੁਸਤਕਾਂ ਨੂੰ ਮੈਂ ਮਾਸਟਰ ਕੀਤਾ ਸਟੱਡੀ ਨਹੀਂ ਕੀਤਾ ਬਲਕਿ ਇਹਨਾਂ ਦੇ ਵਿੱਚ ਦਿੱਤੀਆਂ ਹੋਈਆਂ ਗਣਤਾਂ ਗਣਤਾਂ ਨੂੰ ਜਿਵੇਂ ਪੰਡਿਤ ਕਰਕੇ ਤਿਆਰ ਕਰ ਸਕਦੇ ਨੇ ਪੰਚਾਂਗ ਉਸੇ ਤਰ੍ਹਾਂ ਦਾਸ ਤਿਆਰ ਕਰ ਸਕਦਾ ਸੀ ਅਤੇ ਕੀਤੀ ਉਹ ਤੁਹਾਡੇ ਸਾਹਮਣੇ ਲਿਆਉਣੀ ਆ ਆਮ ਗ੍ਰੰਥ ਸਾਰਣੀ ਵਿੱਚੋਂ ਇੱਕ ਟੇਬਲ ਹੈ ਆਹ ਪੁਸਤਕਾ ਟੇਬਲਸ ਆਫ ਦ ਸਨ ਇਹ ਨਿਰਮਲ ਚੰਦਰ ਲਹਿਰੀ ਦੀ ਲਿਖੀ ਹੈ ਇਹ ਨਿਰਮਲ ਚੰਦਰ ਲਹਿਰੀ ਉਹ ਆ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਕੈਲੰਡਰ ਦੇ ਸੰਬੰਧ ਵਿੱਚ ਬਣਾਈ ਹੋਈ ਕਮੇਟੀ ਕੈਲੰਡਰ ਰਿਫੋਰਮ ਕਮੇਟੀ ਉਸ ਦਾ ਇਹ ਸੈਕਟਰੀ ਸੀ ਇਸ ਇਹ ਕਿਤਾਬ ਮੈਂ 1956 ਦੇ ਵਿੱਚ ਦਿੱਲੀ ਰਾਮਾ ਕ੍ਰਿਸ਼ਨਾ ਐਂਡ ਸੰਸ ਬੁੱਕ ਸੈਲਰ ਦੀ ਦੁਕਾਨ ਤੋਂ ਖਰੀਦੀ ਸੀ 1956 ਦੇ ਵਿੱਚ ਇਸ ਦੇ ਵਿੱਚ ਸੰਗਰਾਂਦਾ ਕੱਢਣ ਦੇ ਫਾਰਮੂਲੇ ਸੂਰਜ ਦੀ ਪੋਜੀਸ਼ਨ ਕੱਢਣ ਦੇ ਫਾਰਮੂਲੇ ਸੂਰਜ ਦੇ ਨਕਸ਼ਤਰ ਕੱਢਣ ਦੇ ਫਾਰਮੂਲੇ ਉਹ ਦਿੱਤੇ ਹੋਏ ਹਨ ਇਸ ਕਿਤਾਬ ਵਿੱਚ ਸੋ ਇਹਨੂੰ ਕਰਕੇ ਆ ਇੱਕ ਹੋਰ ਪੁਸਤਕਾ ਇਹ ਵੀ ਵੈਸਟਰਨ ਇੱਕ ਸਕਾਲਰ ਦੀ ਲਿਖੀ ਆ ਅਤੇ ਇਸਨੇ ਛੋਟੀ ਜਿਹੀ ਕਿਤਾਬ ਆ ਰਿਡਕਸ਼ਨ ਆਫ ਹਿੰਦੂ ਡੇਟਸ ਸੂਰਜ ਸਿਧਾਂਤ ਦੀਆਂ ਹਿੰਦੂ ਲਫ਼ਜ਼ ਵਰਤਿਆ ਇਸਨੇ ਹਿੰਦੂ ਸਿੱਖ ਨਹੀਂ ਵਰਤਿਆ ਕਿਉਂਕਿ ਜਿਹੜਾ ਕੈਲੰਡਰ ਬਿਕਰਮੀ ਆ ਉਸ ਨੂੰ ਦੁਨੀਆ ਦੇ ਸਾਰੇ ਐਸਟ੍ਰੋਨੋਮਰ ਹਿੰਦੂ ਕੈਲੰਡਰ ਕਹਿੰਦੇ ਨੇ ਆਹ ਟੇਬਲ ਹੈ ਮੈਂ 34 ਸੋਰਸਿਸ ਤੋਂ ਗੁਰੂ ਸਾਹਿਬਾਂ ਦਾ ਡੇਟਾ ਇਕੱਤਰ ਕੀਤਾ ਜਿਸ ਨੂੰ ਮੈਨੂੰ ਬਹੁਤ ਸਮਾਂ ਲੱਗਾ ਇਹ ਸੋਰਸਿਸ ਕਿਹੜੇ ਸਨ ਗੌਰਵ ਨਾਰੀਆਂ ਸੀ ਕਰਨ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ਸੀ ਗੁਰਪੁਰਬ ਨੈਣ ਨੇ ਆਪਣੇ ਭਾਈ ਕਾਨ ਸਿੰਘ ਨਾਭੇ ਦਾ ਮਹਾਨ ਕੋਸ਼ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਤਰੀਖਾਂ ਡਾਕਟਰ ਗੰਡਾ ਸਿੰਘ ਦੀਆਂ ਤਰੀਖਾਂ ਅਤੇ ਹੋਰ ਡਾਕਟਰ ਹਰੀ ਰਾਮ ਗੋਪਤੇ ਦੀਆਂ ਤਰੀਖਾਂ ਇਸ ਤਰ੍ਹਾਂ 34 ਸੋਰਸਿਸ ਲਿਸਟ ਕਰਕੇ ਅਤੇ ਦਸੇ ਗੁਰੂ ਸਾਹਿਬਾਂ ਦੀਆਂ ਡਾਟਾ ਜਿਹੜਾ ਕੰਸੋਲੀਡੇਟ ਕੀਤਾ ਅਤੇ ਇਹਨਾਂ ਤਰੀਖਾਂ ਨੂੰ ਵਿਚਾਰ ਕੇ ਮੀਟਿੰਗਾਂ ਦੇ ਵਿੱਚ ਅਸੀਂ ਜਿਹੜੀਆਂ ਮੀਟਿੰਗਾਂ ਨਾਨਕ ਸ਼ਾਹੀ ਜਿਹੜੀਆਂ ਤਰੀਖਾਂ ਨਾਨਕ ਸ਼ਾਹੀ ਕੈਲੰਡਰ ਵਿੱਚ ਲਾਈਆਂ ਉਹ ਇਸ ਡੇਟਾ ਨੂੰ ਵਿਚਾਰ ਕੇ ਲਾਈਆਂ ਇਸ ਡੇਟਾ ਨੂੰ ਇਕੱਤਰ ਕਰਨ ਲਈ ਤੁਸੀਂ ਦੇਖ ਲਓ ਕੋਈ 10 ਮਿੰਟ ਤਾਂ ਨਹੀਂ ਲੱਗੇ ਹੋਣਗੇ ਜਿਹੜੇ ਕੈਲੰਡਰ ਦੇ ਕ੍ਰਿਟਿਕ ਕਹਿ ਦਿੰਦੇ ਆ ਜੀ ਨਾਨਕ ਸ਼ਾਹੀ ਕੈਲੰਡਰ ਤਾਂ 10 ਮਿੰਟਾਂ ਵਿੱਚ ਤਿਆਰ ਹੋ ਸਕਦਾ ਸੀ ਅਤੇ ਜੇ ਹੋ ਸਕਦਾ ਸੀ ਫਿਰ ਤੁਸੀਂ ਸੁੱਤੇ ਪਏ ਸੀਗੇ 500 ਸਾਲ ਜਾਂ 100 ਸਾਲ ਜਾਂ 50 ਸਾਲ ਤੁਸੀਂ ਸਿਕਾਉਂਦਰ ਨੂੰ ਫਿਰ ਬਣਾ ਦਿੰਦੇ 10 ਮਿੰਟਾਂ ਵਿੱਚ ਇਹ ਇਸ ਨੂੰ ਤਿਆਰੀ ਕਰਨ ਲਈ ਬਹੁਤ ਮਿਹਨਤ ਦੀ ਲੋੜ ਪਈ ਹੈ ਅਤੇ ਉਹ ਮਿਹਨਤ ਆ ਗੁਰੂ ਸਾਹਿਬਾਂ ਦੀਆਂ ਤਰੀਖਾਂ ਨੇ ਆ ਮੇਰੀ ਪੁਸਤਕ ਆ ਜਾਂਤਰੀ 500 ਸਾਲਾਂ ਇਸ ਦੇ ਵਿੱਚ ਉਹ ਆ ਪੁਸਤਕ ਹੈ ਜਾਂਤਰੀ 500 ਈਅਰਸ ਇਹਦੇ ਵਿੱਚ 500 ਸਾਲ ਦੇ ਸੂਰਜ ਸਿਧਾਂਤ ਦੇ ਅਨੁਸਾਰ ਸੂਰਜ ਸਿਧਾਂਤ ਦੇ ਅਨੁਸਾਰ ਇਸ ਵਾਸਤੇ ਕਿ ਗੁਰੂ ਕਾਲ ਦੇ ਵਿੱਚ ਅਤੇ ਪਹਿਲਾਂ ਵੀ ਅਤੇ 1960 ਤੱਕ ਸੂਰਜ ਸਿਧਾਂਤ ਦੇ ਮੁਤਾਬਕ ਕੈਲੰਡਰ ਬਣਦੇ ਰਹੇ ਅਤੇ ਮੈਂ ਉਹਨਾਂ ਕੈਲੰਡਰਾਂ ਨੂੰ ਰੀਪ੍ਰੋਡਿਊਸ ਕਰਨਾ ਸੀ ਉਸੇ ਤਰ੍ਹਾਂ ਬਣਾਉਣਾ ਸੀ ਤਾਂ ਕਿ ਇਤਿਹਾਸ ਵਿੱਚ ਤਰੀਕਾਂ ਜਿਹੜੀਆਂ ਹੈ ਬਿਕਰਮੀ ਦੀਆਂ ਉਹ ਸੂਰਜ ਸਿਧਾਂਤ ਦੇ ਕੈਲੰਡਰ 'ਤੇ ਬੇਸਡ ਨੇ ਗੁਰੂ ਸਾਹਿਬਾਂ ਦੇ ਹੁਕਮਨਾਮੇ ਆ ਉਹ ਸੂਰਜ ਸਿਧਾਂਤ ਦੇ ਗਣਿਤ ਦੇ ਤਿਆਰ ਹੋਏ ਕੈਲੰਡਰਾਂ ਦੇ ਅਨੁਸਾਰ ਤਰੀਕਾਂ ਨੇ ਇਸ ਵਾਸਤੇ ਜਾਂਤਰੀ ਤਿਆਰ ਕੀਤੀ ਗਈ ਅਤੇ ਇਸ ਨੂੰ ਤੁਸੀਂ ਅੰਦਾਜ਼ਾ ਲਾ ਲਓ ਕਿ 10 ਮਿੰਟਾਂ 'ਚ ਤਿਆਰ ਹੋ ਸਕਦੀ ਸੀ ਜਾਂ ਕਿੰਨਿਆਂ ਸਾਲਾਂ ਦੇ ਵਿੱਚ ਅਤੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 1994 'ਚ ਛਾਪੀ ਸੀ ਇਹ ਇਸ ਦੀ ਪਹਿਲਾਂ ਨਾਨਕ ਸ਼ਾਹੀ ਕੈਲੰਡਰ ਤਿਆਰ ਕਰਨ ਤੋਂ ਲੋੜ ਸੀ ਵੀ ਅਸੀਂ ਡੇਟਾ ਸੈਟਲ ਕਰਨੀ ਹੈ ਇੱਕ ਤਾਂ ਚਾਹ ਡੇਟ ਲਿਖੀ ਹੈ ਦੂਜੀ 'ਚ ਆਹ ਲਿਖੀ ਹੈ ਕਿਹੜੀ ਜਿਹੜੀ ਆ ਉਹ ਤਰੀਕ ਠੀਕ ਆਉਣੀ ਹੈ ਸੋ ਇਹ ਕਿਤਾਬ ਇਸ ਗੱਲ ਵਾਸਤੇ ਤਿਆਰ ਕੀਤੀ ਗਈ ਸੀ ਹੋਰ ਵੀ ਮੈਂ ਕੰਮ ਕੀਤਾ ਕਾਫੀ ਆਹ ਪੁਸਤਕ ਹਿਜਰੀ ਕੈਲੰਡਰ ਆ ਮੁਸਲਮਾਨ ਭਾਈਆਂ ਦਾ 1500 ਸਾਲ ਦਾ ਮੱਕਾ ਬਗਦਾਦ ਕਾਹਰੋ ਅਤੇ ਦਿੱਲੀ ਇਹ 4 ਸਟੇਸ਼ਨਾਂ 'ਤੇ ਚੰਦਰਮਾ ਦੀ ਕੈਲਕੂਲੇਸ਼ਨ ਦੇ ਮੁਤਾਬਕ ਲਿਊਨਰ ਵਿਜੀਬਿਲਿਟੀ 'ਤੇ ਮੱਕੇ ਲਈ ਬਗਦਾਦ ਲਈ ਕਾਹਰੋ ਲਈ ਅਤੇ ਦਿੱਲੀ ਲਈ
ਇਹ ਪੁਸਤਕ ਲਾਹੌਰ ਦੇ ਵਿੱਚ 2007 ਸਾਲ ਵਿੱਚ ਰਿਲੀਜ਼ ਕੀਤੀ ਗਈ ਦਾਸ ਨੂੰ ਉੱਥੇ ਸਾਡ ਕੇ ਸਨਮਾਨ ਕੀਤਾ ਗਿਆ ਤੇ ਉੱਥੇ ਪਾਕਿਸਤਾਨ ਦੇ ਵੱਡੇ ਵੱਡੇ ਉਲਮਾ ਵਿਦਵਾਨ ਤੇ ਉਹਨਾਂ ਦੀ ਸਪੇਸ ਡਿਪਾਰਟਮੈਂਟ ਦੇ ਵਿਦਵਾਨ ਵੈਦਰ ਡਿਪਾਰਟਮੈਂਟ ਦੇ ਉਹਨਾਂ ਦੇ ਵਿਦਵਾਨ ਉਹਨਾਂ ਦੇ ਧਾਰਮਿਕ ਲੀਡਰ ਮੁੱਲਾ ਯੂਨੀਵਰਸਿਟੀਆਂ ਦੇ ਵਿਦਿਆਰਥੀ ਪੰਜਾਬ ਗੌਰਮੈਂਟ ਦੇ ਮੁਸਲਿਮ ਲੀਗ ਦੇ ਇੱਕ ਸੀਨੀਅਰ ਕੈਬਨਿਟ ਮਿਨਿਸਟਰ ਉੱਥੇ ਹਾਜ਼ਰ ਸਨ ਅਤੇ ਉਹਨਾਂ ਦੇ ਇੱਕ ਸਕਾਲਰ ਨੇ ਇਸ ਕਿਤਾਬ ਦੀ ਪ੍ਰੈਜੈਂਟੇਸ਼ਨ ਦਿੱਤੀ ਪਾਵਰ ਪੁਆਇੰਟ ਵਿੱਚ ਸਾਰੇ ਉੱਥੇ 200 ਜੋ ਬੈਠੇ ਸਨ ਆਦਮੀ ਅਤੇ ਉਹ ਦੋ ਵਿਦਵਾਨਾਂ ਦੀ ਰਾਏ ਇਸ ਪੁਸਤਕ ਬਾਰੇ ਇਸ ਪੁਸਤਕ ਵਿੱਚ ਇਨਕਲੂਡਡ ਦੋਹਾਂ ਨੇ ਇਹ ਲਿਖਿਆ ਕਿ ਇਹ ਪੁਸਤਕ ਹਿਜਰੀ ਕੈਲੰਡਰਾਂ ਦੇ ਵਿੱਚ ਸਰਦਾਰ ਸਾਹਿਬ ਦੀ ਇਹ ਪੁਸਤਕ ਮੀਲ ਪੱਥਰ ਆ ਮਾਈਲ ਸਟੋਨ ਆ ਦੋਹਾਂ ਵਿੱਚ ਅਤੇ ਸਾਡੇ ਜਿਹੜੇ ਕ੍ਰਿਟਿਕ ਆ ਉਹ ਕਹਿੰਦੇ ਨੇ ਭੁਲੇਵਾਲ ਸਾਹਿਬ ਕੋਲ ਕਿਹੜੀ ਖਗੋਲ ਦੀ ਡਿਗਰੀ ਆ ਜਿਹਦੇ ਕਰਕੇ ਇਹ ਖਗੋਲ ਦੀਆਂ ਗੱਲਾਂ ਕਰਦੇ ਨੇ ਸਪੇਸ ਦੀ ਜਾਂ ਐਸਟ੍ਰੋਨੋਮੀ ਦੀਆਂ ਗੱਲਾਂ ਕਰਦੇ ਨੇ ਮੇਰੀਆਂ ਡਿਗਰੀਆਂ ਮੇਰੀਆਂ ਕਿਤਾਬਾਂ ਨੇ ਮੇਰੀ ਡਿਗਰੀ ਰੈਕੋਗਨੀਸ਼ਨ ਜਿਹੜੀ ਆ ਮੇਰੀ ਉਹ ਇੰਟਰਨੈਸ਼ਨਲ ਲੈਵਲ 'ਤੇ ਕੈਲੰਡਰ ਐਕਸਪਰਟਸ ਦੇ ਵਿੱਚ ਆ ਉਸ ਦੀ ਵੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣੀ ਗੁਰੂ ਪਿਆਰੀ ਸਤਸੰਗ ਜੀ ਇਹ ਗੱਲਾਂ ਜ਼ਰੂਰੀ ਸੀ ਇਹ ਕੋਈ ਹਉਮੈ ਗ੍ਰਸਤ ਹੋ ਕੇ ਮੈਂ ਤੁਹਾਡੇ ਨਾਲ ਇਹ ਗੱਲਾਂ ਨਹੀਂ ਕਰ ਰਿਹਾ ਇਹ ਇਸ ਵਾਸਤੇ ਕਰ ਰਿਹਾ ਹਾਂ ਉਹਨਾਂ ਲੋਕਾਂ ਦਾ ਇਤਰਾਜ਼ ਦਾ ਜਵਾਬ ਦੇਣ ਲਈ ਨੰਬਰ ਇੱਕ ਇਹ ਕਿ ਮੇਰੀ ਕੁਆਲੀਫਿਕੇਸ਼ਨ ਕੌਮ ਦਾ ਕੈਲੰਡਰ ਤਿਆਰ ਕਰਨ ਲਈ ਕੀ ਆ ਮੇਰਾ ਪਿਛੋਕੜ ਕੀ ਆ ਦੂਸਰੀ ਇਹ ਵੀ ਇੰਨਾ ਸਮਾਂ ਇਸ ਕੈਲੰਡਰ ਨੂੰ ਜਦੋਂ ਮੈਂ ਕਹਿੰਦਾ ਮੈਨੂੰ 30 ਸਾਲ ਲੱਗ ਗਿਆ 40 ਲੱਗ ਗਿਆ 50 ਲੱਗ ਗਿਆ ਉਹ ਕਿਵੇਂ ਲੱਗ ਗਿਆ ਇਕੱਲੇ ਨਾਨਕ ਸ਼ਾਹੀ ਕੈਲੰਡਰ ਨੂੰ ਤਾਂ ਤਿਆਰ ਕਰਨ ਨੂੰ 50 ਸਾਲ ਦਿਨ ਲੱਗਦੇ ਆ ਪਰ ਉਸਦੇ ਲਈ ਜਿਹੜੀ ਸਮੱਗਰੀ ਕਰਨੀ ਸੀ ਉਸ ਲਈ ਜਿਹੜੇ ਗ੍ਰੰਥ ਪੜ੍ਹ ਕੇ ਆ 500 ਸਾਲ ਦੀ ਚਾਂਦਰੀ ਤਿਆਰ ਕਰਨੀ ਸੀ ਅਤੇ ਉਸ ਲਈ ਜਿਹੜੀ ਨਿਪੁੰਨਤਾ ਹਾਸਿਲ ਕਰਨੀ ਸੀ ਉਹ ਬਹੁਤ ਟਾਈਮ ਕੰਜ਼ਿਊਮਿੰਗ ਸੀ ਆ ਇੱਕ ਪੁਸਤਕ ਦੋ ਵੈਸਟਰਨ ਵਿਦਵਾਨਾਂ ਦੀ ਇੱਕ ਨੈਸ਼ਮ ਦਰਸ਼ੋਵਿਕਸ ਐਡਵਰਡ ਰਾਈਨਗੋਲਡ ਇਸ ਪੁਸਤਕ ਦਾ ਨਾਂ ਹੈ ਕੈਲੰਡਰੀਕਲ ਕੈਲਕੂਲੇਸ਼ਨਸ ਇਸ ਦੇ ਵਿੱਚ ਫਾਰਮੂਲੇ ਕੰਪਿਊਟਰ ਦੇ ਪ੍ਰੋਗਰਾਮ ਦਿੱਤੇ ਆ ਕੰਪਿਊਟਰ ਐਲਗੋਰਿਥਮਸ ਜਿਹਨਾਂ ਨੂੰ ਕਹਿੰਦੇ ਆ ਜਿਹੜੇ ਇੱਥੇ ਕੰਪਿਊਟਰ ਲਿਟਰੇਟ ਬੰਦੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਕੈਲੰਡਰ ਕਿਵੇਂ ਕੈਲਕੂਲੇਟ ਕਰਨਾ ਦੁਨੀਆਂ ਦੇ ਵੱਡੇ ਵੱਡੇ ਕੈਲੰਡਰਾਂ ਦਾ ਇਹਦੇ ਵਿੱਚ ਐਲਗੋਰਿਥਮ ਦਿੱਤੇ ਨੇ ਅਤੇ ਇਸ ਦੇ ਵਿੱਚ ਇੱਕ ਐਕਨੋਲਜਮੈਂਟ ਆ ਉਸ ਐਕਨੋਲਜਮੈਂਟ ਵਿੱਚ ਲਿਖਿਆ ਆ ਕਿ ਹੇਠ ਲਿਖੇ ਵਿਅਕਤੀਆਂ ਨੇ ਇਸ ਪੁਸਤਕ ਦੀ ਤਿਆਰੀ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਉਸ ਲਿਸਟ ਵਿੱਚ ਜਿੱਥੇ ਕੁਝ ਪੰਡਤਾਂ ਦਾ ਵੀ ਨਾਂ ਆਇਆ ਤਾਂ ਉੱਥੇ ਦਾਸ ਦਾ ਨਾਮ ਹੈ ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਦਾ ਹੋਣਾ ਲੇਕਿਨ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਸੀ ਕਿ ਮੈਂ ਇੰਨਾ ਲੌਂਗ ਟਾਈਮ ਕੰਟੀਨਿਊਸਲੀ ਇਸ ਵਿੱਦਿਆ ਦੇ ਵਿੱਚ ਨਿਪੁੰਨਤਾ ਹਾਸਲ ਕਰਕੇ ਅਤੇ ਸਿੱਖ ਕੌਮ ਦੀ ਰਿਪ੍ਰੈਜੈਂਟੇਸ਼ਨ ਹੈ ਇਸ ਕਿਤਾਬ ਵਿੱਚ ਪਾਲ ਸਿੰਘ ਭੁਲੇਵਾਲ ਦੀ ਗੱਲ ਨਹੀਂ ਇਹ 'ਚ ਲਿਖਿਆ ਪਾਲ ਸਿੰਘ ਭੁਲੇਵਾਲ ਨਾ ਕਿ ਜਦੋਂ ਕੋਈ ਗੂੜਾ ਇਸ ਕਿਤਾਬ ਨੂੰ ਖਰੀਦੇਗਾ ਉਹ ਕਹੂੰਗਾ ਵੀ ਪਾਲ ਸਿੰਘ ਦਾ ਨਾਮ ਇਹਦੇ ਵਿੱਚ ਆ ਵੀ ਉਹਨੂੰ ਤਾਂ ਪਾਲ ਸਿੰਘ ਦਾ ਕੋਈ ਪਤਾ ਨਹੀਂ ਹੋਣਾ ਪਰ ਕਪਿਲ ਸਿੰਘ ਲਿਖਿਆ ਹੈ ਉਹਨੂੰ ਪਤਾ ਲੱਗੂਗਾ ਇਹ ਕੋਈ ਸਿੱਖ ਆ ਜਿਹੜਾ ਕਿ ਕੈਲੰਡਰ ਦੀ ਵਿੱਦਿਆ ਵਿੱਚ ਮਹਾਰ ਹੈ ਕੋਈ ਸਿੱਖ ਆ ਕ੍ਰੈਡਿਟ ਉਹ ਇਸ ਗੱਲ ਦਾ ਪਾਲ ਸਿੰਘ ਭੁਲੇਵਾਲ ਨੂੰ ਨਹੀਂ ਲੈਣਾ ਉਹ ਤੁਹਾਨੂੰ ਲੈਣਾ ਉਹ ਸਾਰਿਆਂ ਸਿੱਖਾਂ ਨੂੰ ਲੈਣਾ ਹੈ ਸੋ ਇਹ ਇੱਕ ਹੁਣ ਉਹਨਾਂ ਬਾਬਾ ਜੀ ਨੂੰ ਮੇਰਾ ਇਹ ਜਵਾਬ ਆ ਅਤੇ ਖਗੋਲ ਵਿੱਦਿਆ ਦੀ ਡਿਗਰੀ ਕਿਹੜੀ ਆ ਪਾਲ ਸਿੰਘ ਇਹ ਮੇਰੀਆਂ ਡਿਗਰੀਆਂ ਜਿਹੜੀਆਂ ਤੁਹਾਡੇ ਸਾਹਮਣੇ ਅੱਜ ਰੱਖ ਦਿੱਤੀਆਂ ਨੇ
ਡੇਟਾ ਦੀ ਬੜੀ ਸਮੱਸਿਆ ਹੈ ਹੁਣ ਦੋ ਚਾਰ ਡੇਟਾ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਪਣੀ ਬੈਕਗ੍ਰਾਉਂਡ ਵੀ ਦੱਸ ਦਿੱਤੀ ਹੈ ਇੱਕ ਕੈਲੰਡਰ ਦੀਆਂ ਸਮੱਸਿਆਵਾਂ ਵੀ ਸਮੱਸਿਆਵਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਨੂੰ ਕਦੀ ਕਦੀ ਡੇਟ ਨੂੰ ਕਈ ਵਾਰੀ ਹੱਲ ਕਰਨ ਵਾਸਤੇ ਮਹੀਨੇ ਲੱਗ ਗਏ ਇੱਕ ਤਰੀਕ 'ਤੇ ਕਈ ਮਹੀਨੇ ਲੱਗ ਗਏ ਉਹ ਤਰੀਕ ਸੀ ਖਾਲਸਾ ਖਾਲਸੇ ਦੀ ਸਿਰਜਣਾ ਦੀ ਤਰੀਕ ਡਾਕਟਰ ਗੰਡਾ ਸਿੰਘ ਨੇ 30 ਮਾਰਚ 1699 ਲਿਖੀ ਹੈ ਅਤੇ ਮੈਂ ਜਦੋਂ ਆਪਣੀ ਯੰਤਰੀ ਤਿਆਰ ਕਰ ਰਿਹਾ ਸੀ ਉਹ 30 ਮਾਰਚ 1699 ਲਿਆਉਂਦੀ ਸੀ ਇੱਕ ਦਿਨ ਦਾ ਫਰਕ ਸੀ ਅਤੇ ਮੈਂ ਉਹਨਾਂ ਚਿਰ ਯੰਤਰੀ ਛਾਪ ਨਹੀਂ ਸੀ ਸਕਦਾ ਜਿੰਨਾ ਚਿਰ ਮੈਨੂੰ ਇਹ ਨਾ ਪਤਾ ਲੱਗਦਾ ਵੀ ਉਹ ਜਿਹੜੀ ਗਲਤੀ ਇੱਕ ਦਿਨ ਦੀ ਆ ਡਾਕਟਰ ਗੰਡਾ ਸਿੰਘ ਦੀ ਉਹ ਗਲਤੀ ਕੀ ਆ ਜਿੰਨਾ ਚਿਰ ਮੈਂ ਉਹ ਗਲਤੀ ਨਹੀਂ ਲੱਭੀ ਉਹਨਾਂ ਚਿਰ ਮੈਂ ਇਹ ਪੁਸਤਕ ਛਾਪਣ ਨਹੀਂ ਛਾਪਣ ਦਾ ਇਰਾਦਾ ਬਣਾਇਆ ਸੀ ਸੋ ਗਲਤੀ ਕੀ ਹੋਈ ਹੈ ਡਾਕਟਰ ਗੰਡਾ ਸਿੰਘ ਤੋਂ 30 ਤਰੀਕ ਕਿੱਥੋਂ ਆਈ ਹੈ ਉਹਨਾਂ ਨੇ ਕੱਲੂ ਵੇਲੇ ਦੀ ਯੰਤਰੀ ਦੇ ਵਿੱਚੋਂ ਜਿਹੜਾ ਮੇਨ ਟੇਬਲ ਦਾ ਜਿਸ ਤਰ੍ਹਾਂ ਇਸ ਪੁਸਤਕ ਦਾ ਅੱਗੇ ਮੇਨ ਟੇਬਲ ਆ ਇਸ ਮੇਨ ਟੇਬਲ ਦੇ ਵਿੱਚੋਂ ਇੱਕ ਵਿਸਾਖ ਦੇਖਿਆ ਅਤੇ ਉਸਦੇ ਇੱਕ ਵਿਸਾਖ ਦੇ ਸਾਹਮਣੇ 30 ਮਾਰਚ ਲਿਖੀ ਸੀ ਅਤੇ ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ 30 ਮਾਰਚ ਜੜ ਦਿੱਤੀ ਅਤੇ ਸਾਰੀ ਦੁਨੀਆ ਨੂੰ 30 ਮਾਰਚ ਦੱਸਣ ਵਾਲੇ ਡਾਕਟਰ ਗੰਡਾ ਸਿੰਘ ਸਨ ਪਰ ਇਸ ਦੇ ਵਿੱਚ ਗਲਤੀ ਕੀ ਸੀ ਉਹ ਇਹ ਕਿ ਉਹਨਾਂ ਨੇ ਇੰਟਰੋਡਕਸ਼ਨ ਨਹੀਂ ਪੜ੍ਹੀ ਕਰਨੀ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਜਿਹੜੀਆਂ ਸੰਗਰਾਂਦੀ ਤਰੀਕਾਂ ਨੇ ਉਹ ਤਾਮਿਲਨਾਡੂ ਦੇ ਰੂਲ ਦੇ ਮੁਤਾਬਕ ਨੇ ਅਤੇ ਤਾਮਿਲਨਾਡੂ ਦਾ ਰੂਲ ਅਤੇ ਪੰਜਾਬ ਦਾ ਰੂਲ ਡਿਫਰੈਂਟ ਆ ਉਹ ਕੀ ਆ ਤਾਮਿਲਨਾਡੂ 'ਚ ਰੂਲ ਆ ਕਿ ਸੰਗਰਾਂਦ ਦਾ ਟਾਈਮ ਜੇ ਸ਼ਾਮ ਨੂੰ ਸੂਰਜ ਛਿਪੇ ਤੋਂ ਬਾਅਦ ਹੋਵੇ ਤਾਂ ਪਹਿਲੀ ਤਰੀਕ ਦੂਏ ਦਿਨ ਹੁੰਦੀ ਹੈ ਅਤੇ ਪੰਜਾਬ 'ਚ ਰੂਲ ਆ ਕਿ ਸੰਗਰਾਂਦ ਦਾ ਟਾਈਮ ਚੰਦਰ ਸੂਰਜ ਚੜ੍ਹ ਤੋਂ ਅਗਲੇ ਸੂਰਜ ਚੜ੍ਹ ਤਾਈਂ ਜਦੋਂ ਮਰਜ਼ੀ ਹੋਵੇ ਪਹਿਲੀ ਤਰੀਕ ਉਸੇ ਦਿਨ ਹੁੰਦੀ ਇਸ ਵਾਸਤੇ ਮੈਨੂੰ ਹੁਣ ਸੰਗਰਾਂਦ ਦਾ ਟਾਈਮ ਕੱਢਣਾ ਪੈਣਾ ਸੀ ਵੀ ਕਿੰਨੇ ਵਜੇ ਕਿੰਨੇ ਮਿੰਟ ਦਾ ਹੈਗਾ ਉਹ ਮੈਂ ਪਹਿਲਾਂ ਕੱਢਿਆ ਸੀ 6000 ਸੰਗਰਾਂਦਾਂ ਦਾ 500 ਸਾਲਾਂ ਦੀਆਂ ਸੰਗਰਾਂਦਾਂ ਦਾ ਅਤੇ 1699 ਵਿੱਚ ਜਿਹੜਾ ਸੰਗਰਾਂਦ ਦਾ ਟਾਈਮ ਆ ਉਹ ਰਾਤ ਦੇ 9:06 ਦਾ ਆ ਜਿਹੜਾ ਸੂਰਜ ਛਿਪਣ ਤੋਂ ਬਾਅਦ ਦਾ ਆ ਪੰਜਾਬ ਦੇ ਰੂਲ ਦੇ 29 ਮਾਰਚ ਪੰਜਾਬ ਦੇ ਰੂਲ ਮੁਤਾਬਕ 29 ਮਾਰਚ ਨੂੰ ਪਹਿਲੀ ਤਰੀਕ ਆ ਅਤੇ ਤਾਮਿਲਨਾਡੂ ਦੇ ਰੂਲ ਦੇ ਮੁਤਾਬਕ ਅਗਲੇ ਦਿਨ ਪਹਿਲੀ ਤਰੀਕ ਆ ਇਸ ਵਾਸਤੇ 30 ਮਾਰਚ ਡਾਕਟਰ ਗੰਡਾ ਸਿੰਘ ਨੇ ਲਹਿਰੇ ਉਹਨਾਂ ਨੂੰ ਉੱਪਰ ਲਿਖੀ ਕੋਈ 29.6 ਸੀ ਜੋ ਉਹ ਨਹੀਂ ਪੜ੍ਹਿਆ ਨਾ ਹੀ ਉਹ ਤੁਹਾਨੂੰ ਪਹਿਲੇ ਦਾ ਇੱਕ ਹੋਰ ਥਾਂ ਟੇਬਲ ਸੀ ਜਿੱਥੇ 29 ਤਰੀਕ ਲਿਖੀ ਸੀ ਉਹ ਪੜ੍ਹਿਆ ਅਤੇ ਇੱਕ ਹੋਰ ਪੁਸਤਕ ਇੰਡੀਅਨ ਕੈਲੰਡਰ ਇਹ ਪੁਸਤਕ ਹੈ ਇੰਡੀਅਨ ਕੈਲੰਡਰ ਇਹ 1800 ਸਾਲ ਵਿੱਚ ਛਪੀ ਸੀ ਅਤੇ ਇਸ ਪੁਸਤਕ ਦੇ ਦੁਆਰਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਗੁਰਪੁਰਬ ਨੇ ਆਪਣੀ ਪੁਸਤਕ ਤਿਆਰ ਕੀਤੀ ਸੀ ਜਿੰਨੀਆਂ ਵੀ ਸੁਣੀਆਂ ਵਾਲੀਆਂ ਦੀਆਂ ਤਰੀਕਾਂ ਗੁਰੂ ਸਾਹਿਬਾਂ ਦੀਆਂ ਸਨ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਸ ਪੁਸਤਕ ਦੀ ਕਿਤਾਬ ਇਹਦੀ ਤਿਆਰੀ ਨਾਲ ਕੀਤੀਆਂ ਸਨ ਉਹ ਉਹਨਾਂ ਨੇ ਆਪਣੀ ਇਸ ਪੁਸਤਕ ਵਿੱਚ ਲਿਖਿਆ ਗੁਰਪੁਰਬ ਨੇ ਗੁਰਪੁਰਬਨਾਨੀ ਦੀ ਫੋਟੋ ਕਾਪੀ ਆ ਮੇਰੇ ਕੋਲ ਸਾਰੀ ਇਹ 100 ਸਾਲ ਤਕਰੀਬਨ ਹੋ ਗਿਆ ਇਸ ਕਿਤਾਬ ਨੂੰ ਛਪੀ ਨੂੰ ਮੈਂ ਸਾਰੀਆਂ ਦੀਆਂ ਸਾਰੀਆਂ ਤਰੀਕਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀਆਂ ਮੁੜ ਕੇ ਕੈਲਕੂਲੇਟ ਕੀਤੀਆਂ ਕਿਉਂਕਿ ਮੇਰੀਆਂ ਕੁਝ ਤਰੀਕਾਂ ਦਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਨਾਲ ਡਿਫਰੈਂਸ ਆਉਂਦਾ ਸੀ ਦੁਬਾਰਾ ਰੀਕੈਲਕੂਲੇਟ ਕੀਤੀਆਂ ਅਤੇ ਇੱਕ ਐਰਰ ਇੱਦਾਂ ਦੀ ਨਿਕਲੀ ਜਿਹੜੀ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਜੀ ਨੇ ਕਵੀ ਸੰਤੋਖ ਸਿੰਘ ਨੂੰ ਕੋਲ ਕਰਦੇ ਨੇ ਗੁਰੂ ਅੰਗਦ ਦੇਵ ਜੀ ਨੇ 12 ਸਾਲ 6 ਮਹੀਨੇ ਅਤੇ 9 ਦਿਨ ਗੁਰਗੱਦੀ ਕੀਤੀ 12 ਸਾਲ 6 ਮਹੀਨੇ 9 ਦਿਨ ਬਿਰਾਜਮਾਨ ਰਹਿ ਗੁਰਗੱਦੀ ਦੇ ਅਤੇ ਉਹ ਜੋਤੀ ਜੋ ਸਮਾਉਣ 'ਚੋਂ ਉਹਨਾਂ ਨੇ 12 ਸਾਲ 6 ਮਹੀਨੇ 9 ਦਿਨ ਕੱਢਣੇ ਸੀ ਤਾਂ ਉਹਦੇ ਨਾਲ
ਦੂਸਰੇ ਪਾਤਸ਼ਾਹ ਦੀ ਗੁਰਗੱਦੀ ਦੀ ਤਰੀਖ ਆ ਜਾਣੀ ਸੀ ਜੋਤੀ ਜੋਤ ਸਮਾਉਣ ਚ ਉਹਨਾਂ ਦਾ ਗੁਰਗੱਦੀ ਦਾ ਟਾਈਮ ਕੱਢਦੇ ਹੋ ਤੇ ਉਹਨਾਂ ਦਾ ਫਿਰ ਗੁਰਗੱਦੀ ਦੇ ਵਸਾਇਆ ਹੋਇਆ ਕਿ ਇਸ ਵਸਤੇ ਦੇ ਸਾਹਮਣੇ ਆ ਤੁਹਾਡੇ ਆ ਜਾਣਾ ਜੇ ਦੇਖੋ ਤਾਂ ਹੁਣ ਬਿਲਕੁਲ ਸਲਾਈਡ ਨਹੀਂ ਦਿਖਾਈ ਜਾਣੀ ਹੋਇਆ ਇਹ ਕਿ ਉਹਨਾਂ ਨੂੰ 12 ਸਾਲ 6 ਮਹੀਨੇ 9 ਦਿਨ ਕੱਢਣ ਦੇ ਥਾਂ 12 ਸਾਲ 9 ਮਹੀਨੇ 6 ਦਿਨ ਕੱਢ ਦਿੱਤੇ ਮਹੀਨੇ ਦੇ ਦਿਨ ਔਲਟ ਪਲਟ ਹੋ ਗਿਆ ਰਿਵਰਸ ਹੋ ਗਿਆ ਜਿਸ ਨੂੰ ਆਪਾਂ ਕਹਿੰਦੇ ਕਲੈਰੀਕਲ ਐਰਰ ਹੋ ਗਈ ਮਿਸਟੇਕ ਹੋ ਗਈ ਉਹਨਾਂ ਤੋਂ ਸਲਿਪ ਹੋ ਗਈ ਸਾਬਟਰੈਕਟ 6 ਮਹੀਨੇ 9 ਦਿਨ ਕਰਨੇ ਸੀ ਅਤੇ ਕਰ ਦਿੱਤੇ 9 ਮਹੀਨੇ ਅਤੇ 6 ਦਿਨ ਇਸ ਤਰ੍ਹਾਂ 10 ਮਹੀਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਦੀ 3 ਮਹੀਨੇ ਪਹਿਲਾਂ ਚਲੇ ਗਏ ਅਤੇ ਉਹ ਜਿਹੜੀ ਤਰੀਖ ਇਹਨਾਂ ਨੇ ਬਣਾਤੀ ਉਹ ਹੈ 1760 ਜਦਕਿ ਗੁਰੂ ਮਹਾਰਾਜ ਜੀ 80 ਦੇ ਮਹੀਨੇ ਜਾ ਕੇ ਜੋਤੀ ਜੋਤ ਗੁਰੂ ਨਾਨਕ ਪਾਤਸ਼ਾਹ ਸਮਾਉਂਦੇ ਨੇ ਉਹ 1760 ਤਰੀਕ ਭਾਈ ਖਾਨ ਸਿੰਘ ਨਾਭੇ ਨੇ ਵੀ ਲਿਖ ਦਿੱਤੀ ਇਸ ਗੁਰਪੁਰਬ ਦੇ ਨੇੜਾ ਭਾਈ ਖਾਨ ਸਿੰਘ ਨਾਭੇ ਦੀਆਂ ਤਕਰੀਬਨ ਸਾਰੀਆਂ ਤਰੀਖਾਂ ਇਸ ਵਸਤੇ 'ਚੋਂ ਸਰਦਾਰ ਕਰਨ ਸਿੰਘ ਦੇ ਸਟੋਰ ਦੀਆਂ 'ਚੋਂ ਪਤਾ ਤਾਂ ਲੱਗਦਾ ਵੀ ਜਿਹੜੀ ਗਲਤੀ ਇਹਦੇ ਇੱਥੇ ਇਹਦੇ ਵਿੱਚ ਉਹੀ ਗਲਤੀ ਭਾਈ ਖਾਨ ਸਿੰਘ ਨਾਭੇ ਦੇ ਵਿੱਚ 1760 ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਪੁਸਤਕ ਵਿੱਚ ਵੀ ਆ ਅੱਛਾ ਜੇ ਇਹ ਮੇਰੀ ਤੁਸੀਂ ਵਿਚਾਰੋ ਤੁਸੀਂ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਜੇ ਉਹ ਸਹੀ ਸਬਟਰੈਕਟ ਕਰਦੇ ਤਾਂ ਫਿਰ ਕੀ ਬਣਨਾ ਸੀਗਾ ਜੇ ਉਹ 6 ਮਹੀਨੇ ਅਤੇ 9 ਦਿਨ ਸਬਟਰੈਕਟ ਕਰਦੇ 12 ਸਾਲ ਤਾਂ ਫਿਰ ਜਿਹੜੀ ਤਰੀਖ ਆਉਂਦੀ ਆ ਉਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦੀ ਤਰੀਖ ਸੋ ਉਹਨਾਂ ਨੇ ਉਹ ਤਰੀਖ ਫਿਰ ਆ ਜਾਣੀ ਸੀ ਅਤੇ ਹਾਰਟ ਦੀ ਤਰੀਖ ਨਹੀਂ ਸੀ ਆਉਣੀ ਇਹ 85 ਸਾਲ ਇਹ ਗਲਤੀ ਪੁਸਤਕਾਂ ਦੇ ਵਿੱਚ 1760 ਦੀ ਭਾਈ ਖਾਨ ਸਿੰਘ ਨਾਭੇ ਦੇ ਵਿੱਚ ਅਤੇ ਉਹ ਥਾਂ ਚੱਲਦੀ ਰਹੀ ਅਤੇ ਉਸਨੂੰ ਪਹਿਲੀ ਵਾਰ ਕਰਨ ਫੜਿਆ ਉਹ ਤੁਹਾਡੇ ਦਾਸਰੇ ਨੇ ਆਲ ਸਿੰਘ ਪੁਰੇਵਾਲ ਨੇ 1995 ਵਿੱਚ ਜਦੋਂ ਇਕੱਲੀ ਇਕੱਲੀ ਤਰੀਖ ਦੀ ਮੁੜ ਕੇ ਗਲਤ ਕੀਤੀ ਗਈ ਇਹ ਮੈਂ ਤੁਹਾਨੂੰ ਇਹ ਦੱਸਣ ਵਾਸਤੇ ਕਰ ਰਿਹਾ ਸੀਗਾ ਕਿ ਇਕੱਲੀਆਂ ਇਕੱਲੀਆਂ ਤਰੀਖ ਦੇ ਸੰਬੰਧ ਦੇ ਵਿੱਚ ਕਿੰਨਾ ਕੰਮ ਹੋਇਆ ਕਿੰਨੇ ਸੋਰਸਿਸ ਨੂੰ ਕੀਤਾ ਗਿਆ ਚੈੱਕ ਕਿੰਨੇ ਸੋਰਸਿਸ ਦੀਆਂ ਤਰੀਖਾਂ ਨੂੰ ਰੀਕੈਲਕੂਲੇਟ ਕੀਤਾ ਗਿਆ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਤਰੀਖਾਂ ਨੇ ਗੁਰੂ ਪਿਆਰੇ ਸਾਧ ਸਿੰਘ ਜੀ ਮੇਰਾ ਖਿਆਲ ਸਮਾਂ ਮੇਰਾ 10 ਮਿੰਟ ਹੋਰ ਹੈ ਹਾਂਜੀ ਅਤੇ ਮੈਂ 10 ਮਿੰਟਾਂ ਵਿੱਚ ਸਮਾਪਤੀ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰੇ ਕੋਲ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ 50-55 ਸਾਲ ਦਾ ਕੰਮ 50-55 ਮਿੰਟਾਂ ਵਿੱਚ ਦੱਸਣਾ ਬਹੁਤ ਮੁਸ਼ਕਿਲ ਹੈ ਸਿਰਫ ਸਮਰੀ ਤੌਰ 'ਤੇ ਦੱਸ ਦਿੰਦਾ ਹਾਂ ਇਤਰਾਜ਼ ਕੀਤਾ ਜਾਂਦਾ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਵਿੱਚ ਸਮਾਂ 17 ਸਹਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਾਫ ਕਰਨਾ ਆਹ ਨਛੱਤਰ ਜਾਣ ਸਤੰਭ ਦਾ ਹੋਲੀ ਔਰ ਸੁਨਾਥ ਦਾ ਚੇਲਾ ਇਹ ਤੁਕ ਆਉਂਦੀ ਹੈ ਅਤੇ ਇੱਕ ਜਿਹੜੀ ਤੁਕ ਹੈ ਡੇਰਿਆਂ ਦੇ ਵਿੱਚ ਪੜ੍ਹੀ ਜਾਣ ਵਾਲੀ ਰਹਿਰਾਸ ਦਮਦਮੀ ਟਕਸਾਲ ਵੱਲੋਂ ਜਾਂ ਉਹਨਾਂ ਡੇਰਿਆਂ 'ਚ ਉਸ ਦੇ ਵਿੱਚ ਸਮਾਂ 17 ਸਹਿਸ ਵਿੱਚ ਅਰਥ ਸਹਿਸ ਪੰਥੀ ਗਜਾ ਭਾਦਰਵ ਸੁਦੀ ਅਸ਼ਟਮੀ ਰਵਿਵਾਰ ਤੀਰ ਸਤਰਵ ਗ੍ਰੰਥ ਸੁਧਾਰਾ ਇਹ ਤੁਕਾਂ ਆਉਂਦੀਆਂ ਨੇ ਅਤੇ ਮੇਰੇ ਤੋਂ ਇਹ ਸਵਾਲ 1999 ਵਿੱਚ ਸੰਤ ਸਮਾਜ ਦੇ ਕੋਈ 20-25 ਜਾਂ 30 ਮੈਂਬਰ ਬੈਠੇ ਸਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉੱਥੇ ਮੀਟਿੰਗ ਸੀ ਅਤੇ ਮੈਨੂੰ ਜਵਾਬ ਦੇਣ ਲਈ ਸੱਦਿਆ ਆਇਆ ਸੀਗਾ ਅਤੇ ਉੱਥੇ ਉਹਨਾਂ ਨੇ ਦੋਨੋਂ ਤੁਕਾਂ ਪੜ੍ਹ ਦਿੱਤੀਆਂ ਕਹਿੰਦੇ ਸੀ ਅਸੀਂ ਵੀ ਕਿੰਨੀ ਕਿਲੰਡਰ ਕਿਉਂ ਛੱਡ ਸਕਦੇ ਹਾਂ ਇਹ ਪਿਛਲੇ ਸਾਲ ਜਾਂ 2009 ਦੇ ਵਿੱਚ ਵੀ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ ਇਹਨਾਂ ਦੋ ਤਰੀਕਾਂ ਨਾਲ ਹਾਲਾਂਕਿ 10 ਸਾਲ ਪਹਿਲਾਂ ਮੈਂ 1999 ਵਿੱਚ ਜਵਾਬ ਦੇ ਚੁੱਕਾ ਸੀ ਇਸ ਗੱਲ ਦਾ ਉਹਨਾਂ ਨੇ ਆਪਣਾ ਇਤਰਾਜ਼ ਤਾਂ ਮੁੜ ਮੁੜ ਛਾਪਦੇ ਰਹੇ ਮੇਰਾ ਜਵਾਬ ਇੱਕ ਵਾਰ ਵੀ ਨਹੀਂ ਛਾਪਿਆ ਸੱਚੇ ਕੋਈ ਸਿਹਤ ਬੰਦਾ ਹੋਵੇ ਜੇ ਉਸ ਕਿਸੇ ਇਤਰਾਜ਼ ਦਾ ਉਹਨੂੰ ਜਵਾਬ ਮਿਲਿਆ ਹੋਵੇ ਤਾਂ ਉਹ ਕਹੇਗਾ ਕਿ ਮੇਰਾ ਇਤਰਾਜ਼ ਆ ਸੀ ਜਵਾਬ ਆਇਆ ਤਾਂ ਸਾਨੂੰ ਉਹ ਜਵਾਬ ਸਵੀਕਾਰ ਨਹੀਂ ਉਹ 'ਚ ਆਹ ਗੱਲ ਕਰਦਾ ਫਿਰ ਤੁਸੀਂ ਸਿਹਤ ਹੋਵੋਗੇ ਜੇ ਉੱਦਾਂ ਹੀ ਅੱਖਾਂ ਮੀਟ ਕੇ ਮੁੜ ਕੇ ਫਿਰ ਆਪਣੀ ਉਹੀ ਗੱਲ ਦੁਹਰਾ ਦੇਵੋਗੇ ਕਿ ਬਈ ਉਸ ਦੇ ਵਿੱਚ ਆਹ ਕਮੀ ਹੈ ਇਹ ਦੱਸਿਆ ਹੀ ਨਹੀਂ ਉਹਦਾ ਜਵਾਬ ਕੀ ਆਇਆ ਸੀਗਾ ਫਿਰ ਤੁਸੀਂ ਸਿਹਤ ਨਹੀਂ ਤੁਸੀਂ ਗੱਲ ਠੀਕ ਨਹੀਂ ਕਰ ਰਿਹਾ ਸੋ ਇਸ ਦਾ ਜਵਾਬ ਮੈਂ ਕੀ ਦਿੱਤਾ ਸੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉਹ ਜਵਾਬ ਇਹ ਸੀ
ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਕੱਲੀ ਇਹ ਤਰੀਖ ਨਹੀਂ ਬਿਕਰਮੀ ਕੈਲੰਡਰ ਦੀ, ਇਹ ਯੂਨਿਟ ਹੈ ਸਮੇਂ ਦੀ। ਸਮੇਂ ਨੂੰ ਮਹਿਣ ਦੇ ਸਾਥ, ਸਮੇਂ ਨੂੰ ਮਹਿਣ ਦੇ ਘੜੀ, ਪਾਲ, ਦਿਨ, ਮਹੂਰਤ, ਮਾਹ ਅਤੇ ਸੰਨ, ਉਹ ਸਾਰੀਆਂ ਚੀਜ਼ਾਂ ਹੋਣੀਆਂ ਇਹ ਯੂਨਿਟਾਂ ਸਮੇਂ ਦੀਆਂ। ਛੋਟੀ ਤੋਂ ਛੋਟੀ ਤੋਂ ਲੈ ਕੇ ਯੁੱਗਾਂ ਤਾਈਂ ਵੱਡੀ ਤੋਂ ਵੱਡੀ ਯੂਨਿਟ ਜਿਹੜੀ ਹੈ ਸਮੇਂ ਦੀ। ਇੱਦਾਂ ਹੀ ਹੋਰ ਯੂਨਿਟਾਂ ਭਾਰਤ ਉਹਦੀਆਂ ਆਪਾਂ ਉੱਡਾ ਉੱਡਾ ਵੈ ਸੈਕੋ ਸੰਤ ਇਸ ਪਾਛੇ ਪਛੜੇ ਸ਼੍ਰਿਆ ਘੋ ਗੋਦ ਦਾ ਜ਼ਿਕਰ ਹੈ। ਗੁਰਬਾਣੀ ਵਿੱਚ ਯੁਗਜਨ ਦਾ ਜ਼ਿਕਰ ਹੈ, 12 ਯੁਗਜਨ ਛਤਰ ਚੱਲੇ ਦਾ ਦੇਹੀ ਗਿਰਜਨ ਖਾਈ, ਹੱਥਾਂ ਦਾ ਜ਼ਿਕਰ ਹੈ ਮਿਣ ਦੀ ਵਿੱਚ ਸਾਢੇ ਤਿੰਨ, ਹੱਥ ਦੇ ਜੀ ਸੇਵਨ ਸੀਮਾ, ਮਣਾਂ ਦਾ ਜ਼ਿਕਰ ਹੈ ਸਾਢੇ ਤਰਿਆਵਣ ਦੇ ਰੀ ਚੱਲੇ ਪਾਣੀ ਅੰਨ। ਅਤੇ ਇਸ ਤਰ੍ਹਾਂ ਇਹਨਾਂ ਯੂਨਿਟਾਂ ਦਾ ਜ਼ਿਕਰ ਹੈ। ਮੈਂ ਕਿਹਾ ਵੀ ਤੁਸੀਂ ਸੰਤ ਸਮਾਜ ਵਾਲੇ ਜਿਹੜੇ ਇੱਥੇ ਵਿਰਾਜਮਾਨ ਹੋ, ਸਤਿਕਾਰਯੋਗ ਸੰਤ ਮਹਾਂਪੁਰਖ, ਤੁਸੀਂ 1956-57 ਵਿੱਚ ਜਦੋਂ ਗੌਰਮੈਂਟ ਇੰਡੀਆ ਨੇ ਇਹ ਨਵੀਆਂ ਯੂਨਿਟਾਂ ਚਲਾਈਆਂ, ਮੀਲਾਂ ਦੇ ਥਾਂ ਕਿਲੋਮੀਟਰ ਕਰ ਦਿੱਤੇ, ਮਣਾਂ ਦੇ ਥਾਂ ਕੁਇੰਟਲ ਕਰ ਦਿੱਤੇ, ਸੇਰਾਂ ਦੇ ਥਾਂ ਕਿਲੋਗ੍ਰਾਮ ਕਰਤੇ, ਰੱਦੀ ਤੋਲੇ ਮਾਸਿਆਂ ਦੇ ਥਾਂ ਗ੍ਰਾਮ ਤਾਂ ਮਿਲੀਗ੍ਰਾਮ ਕਰ ਦਿੱਤੇ। ਅਤੇ ਤੁਸੀਂ ਉਸ ਵੇਲੇ ਕਿੱਥੇ ਸੀ? ਤੁਸੀਂ ਇਤਰਾਜ਼ ਕਿਉਂ ਨਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਕੋਸ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਯੋਜਨ ਆ, ਬੜਾ ਯੋਜਨ ਛਤਰ ਚੱਲਿਆ ਤਾਂ ਦੇਹੀ ਗਿਰਜਨ ਖਾਈ, ਵੀ ਅਸੀਂ ਨਹੀਂ ਗੌਰਮੈਂਟ ਆਫ ਇੰਡੀਆ ਦੀ ਜਿਹੜੀ ਤਬਦੀਲੀ ਉਹਨੂੰ ਮੰਨਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਤੁਸੀਂ ਸਾਰੀਆਂ ਯੂਨਿਟਾਂ ਬਦਲ ਨੂੰ ਛੱਡਣ ਲਈ ਕਹਿ ਰਹੇ ਹੋ। ਮੈਂ ਕਿਹਾ ਵੀ ਤੁਸੀਂ ਕਿਉਂ ਨਹੀਂ ਉਹਨੂੰ ਇਤਰਾਜ਼ ਕੀਤਾ? ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਉੱਥੇ ਇੱਕ ਨੇ ਵੀ ਮੁੜ ਕੇ ਜਵਾਬ ਦਿੱਤਾ, ਜਦੋਂ ਮੈਂ ਉਹਨਾਂ ਨੇ 2 ਗੁਰਬਾਣੀ ਦੀਆਂ ਤੁਕਾਂ ਕੋਟ ਕੀਤੀਆਂ ਸੀ ਅਤੇ 10 ਨੇ 10 ਗੁਰਬਾਣੀ ਦੀਆਂ ਤੁਕਾਂ ਕੋਟ ਕਰ ਦਿੱਤੀਆਂ ਯੂਨਿਟਾਂ ਦੇ ਸਰਬੰਧ ਦੇ ਵਿੱਚ। ਸੋ ਇਹ ਇਤਰਾਜ਼ ਬਿਲਕੁਲ ਹੋ ਕਟਾ, ਪਰ ਮੰਨ ਲਈਏ ਗੋਪਾਲ ਲਈ ਬਈ ਉਹਨਾਂ ਦੀ ਗੱਲ ਠੀਕ ਆ, ਮੰਨ ਲਈਏ ਕਿ ਬਿਕਰਮੀ ਕੈਲੰਡਰ ਅਸੀਂ ਨਹੀਂ ਛੱਡ ਸਕਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ। ਇੱਕ ਮਿੰਟ ਨੇ ਤਾਂ ਫਿਰ ਕੀ ਉਹ ਉਸ ਬਿਕਰਮੀ ਕੈਲੰਡਰ ਨੂੰ ਮੰਨ ਰਹੇ? ਨਹੀਂ, ਕਿਉਂਕਿ 1960 ਵਾਲੇ ਦਹਾਕੇ 'ਚ ਮੈਂ ਜ਼ਿਕਰ ਕਰ ਚੁੱਕਾ, ਪੰਡਤਾਂ ਨੇ ਬਿਕਰਮੀ ਕੈਲੰਡਰ ਜਿਹੜਾ ਪਹਿਲਾਂ ਸੂਰਜ ਸਿਧਾਂਤ ਅਨੁਸਾਰ ਬਣਦਾ ਸੀ, ਜਿਹੜਾ ਗੁਰੂ ਮਹਾਰਾਜ ਵੇਲੇ ਵਰਤਿਆ ਜਾਂਦਾ ਸੀ, ਉਸ ਨੂੰ ਛੱਡ ਦਿੱਤਾ। ਉਹਦੇ ਥਾਂ ਦਰੇਕ ਕਣਤ ਵਾਲਾ ਕੈਲੰਡਰ ਬਣਾ ਲਿਆ, ਜਿਸ ਨੂੰ ਜਿਹੜਾ ਪੰਜਾਬ 'ਚ ਹੁਣ ਪ੍ਰਚਲਿਤ ਆ। ਉਸ ਬਦਲੇ ਹੋਏ ਕੈਲੰਡਰ ਨੂੰ ਬਿਕਰਮੀ ਕੈਲੰਡਰ ਕਹਿ ਕੇ ਕਿ ਗੁਰੂਆਂ ਵੇਲੇ ਚੱਲਦਾ ਸੀ, ਅਤੇ ਜਾਓ ਫਿਰ ਗੁਰੂਆਂ ਦੇ ਗੁਰੂ ਸਾਹਿਬਾਂ ਦੇ ਕੈਲੰਡਰ ਦੇ ਵਿੱਚ ਮਨਾਓ ਉਹਦੇ ਮੁਤਾਬਕ ਸਿੰਗਰਾਂਦਾ, ਉਹਦੀਆਂ ਸਿੰਗਰਾਂਦਾ ਜਿਹੜੀਆਂ ਇਹ ਇਸ ਵੇਲੇ ਬਿਕਰਮੀ ਕੈਲੰਡਰ ਦੀਆਂ ਮਨਾ ਰਹੀਆਂ ਨੇ। ਹਰ ਸਾਲ 4-5 ਸਿੰਗਰਾਂਦਾ ਤਕਰੀਬਨ ਜੁੜੀਆਂ ਹੁੰਦੀਆਂ, ਫਿਰ ਉਹ ਪੰਜਾਬ ਵਾਲੇ ਕੈਲੰਡਰ ਨੂੰ ਤਲਾਂਜਲੀ ਦੇ ਅਤੇ ਸੂਰਜ ਸਿਧਾਂਤ ਵਾਲਾ ਕੈਲੰਡਰ ਉਹਦੇ ਮੁਤਾਬਕ ਜੰਤਰੀਆਂ ਬਣਾਉਣ ਅਤੇ ਫਿਰ ਕਹਿਣ ਵੀ ਅਸੀਂ ਇਹ ਤਰੀਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਕਰਮੀ ਕੈਲੰਡਰ ਦੀ ਹੈ ਤਾਂ ਨਹੀਂ ਛੱਡ ਸਕਦੇ। ਤੁਸੀਂ ਉਸ ਤਰੀਕ ਉਸ ਕੈਲੰਡਰ ਨੂੰ ਛੱਡਿਆ ਹੈ ਅਤੇ ਕਹਿ ਕੁਛ ਹੋਰ ਰਹੇ ਹੋ, ਕਿਉਂ? ਅਗਿਆਨ ਦਾ ਵਸ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕੈਲੰਡਰ ਦੇ ਵਿੱਚ ਕੀ ਤਬਦੀਲੀਆਂ ਹੋਈਆਂ। ਸੋ ਇਸ ਦਾ ਜਿਹੜਾ ਹੁਣ ਸਿੱਟਾ ਨਿਕਲਣਾ ਆ ਉਹ ਤੁਹਾਡੇ ਸਾਹਮਣੇ ਹੈ। ਮੈਂ 2399 ਦੀ ਜੰਤਰੀ ਤਿਆਰ ਕਰਕੇ 12 ਦੀਆਂ 12 ਸਿੰਘਾਂ ਦਾ ਅੱਜ ਤੋਂ 1000 ਸਾਲ ਬਾਅਦ ਬਿਕਰਮੀ ਦੀਆਂ ਉਹ ਕੱਢ ਕੇ ਜਥੇਦਾਰ ਸਾਹਿਬ ਨੂੰ ਭੇਜ ਦਿੱਤੀਆਂ ਵੀ 2999 ਚ ਹੋਣਾ। ਓਪਨ ਲੈਟਰ ਸੀ ਮੇਰੀ ਪ੍ਰੈਸ ਨੂੰ ਰਿਲੀਜ਼ ਹੋਈ, ਕੀ ਹੋਣਾ ਹੈ ਹੁਣ ਜਿਹੜੀ 13-14 ਨੂੰ ਵਿਸਾਖੀ ਆ ਉਹ 27 ਅਪ੍ਰੈਲ ਨੂੰ 2999 ਵਿੱਚ, ਅਤੇ ਬਾਕੀ ਸਾਰੀਆਂ ਸੰਗਰਾਂਦਾਂ ਇਹਨਾਂ ਦੀਆਂ ਉਹ 27-28 ਤਰੀਕ ਦੇ, 1 ਤਰੀਕ ਦੇ ਨੇੜੇ ਨੇੜੇ ਨੇ। 2 ਹਫ਼ਤਿਆਂ ਦਾ ਇਸ ਇਹਨਾਂ ਦੀ ਕੈਲੰਡਰ ਵਿੱਚ ਫਰਕ ਪੈ ਚੁੱਕਿਆ ਹੋਵੇਗਾ। ਅਤੇ ਆਸਟ੍ਰੇਲੀਆ ਵਿੱਚ ਜਿਹੜੇ ਇਸ ਵੇਲੇ ਮੌਸਮ ਆ ਮਹੀਨਾ ਦਾ, ਇਸ ਵੇਲੇ ਇੱਥੇ ਵੀ ਹਾੜ ਆ, ਪਹਾੜ ਦੇ ਵਿੱਚ ਠੰਡ ਆ, ਪਰ 13000 ਸਾਲ ਨੂੰ ਬਿਕਰਮੀ ਕੈਲੰਡਰ ਅਨੁਸਾਰ ਇਸੇ ਹਾੜ ਦੇ ਵਿੱਚ ਗਰਮੀ ਹੋਏਗੀ। ਅਤੇ ਪੰਜਾਬ ਵਿੱਚ ਜਿਹੜਾ ਮੌਸਮ ਇਸ ਵੇਲੇ ਗਰਮੀ ਆ, ਅਤੇ 13000 ਸਾਲ ਨੂੰ ਬਿਕਰਮੀ ਕੈਲੰਡਰ ਦੇ ਅਨੁਸਾਰ ਹਾੜ ਦੇ ਵਿੱਚ ਉਹ ਜਿੰਨੀ ਠੰਡ ਹੋਏਗੀ। ਇਹ ਜਿਹੜੀ ਮੈਂ ਗੱਲ ਕਹਿ ਰਿਹਾ ਇਹ ਕੋਈ ਖਾਮ ਖਿਆਲੀ ਨਹੀਂ, ਮੇਰਾ ਇਮੈਜੀਨੇਸ਼ਨ ਨਹੀਂ, ਇਸ ਗੱਲ ਨੂੰ ਦੁਨੀਆ ਦੇ ਸਾਇੰਸਦਾਨ ਮੰਨਦੇ ਨੇ। ਜਿਹੜਾ ਅਸੀਂ ਕੈਲੰਡਰ ਤਿਆਰ ਕੀਤਾ ਉਹ ਟ੍ਰੋਪੀਕਲ ਈਅਰ 'ਤੇ ਤਿਆਰ ਕੀਤਾ, ਗੁਰਬਾਣੀ ਦੀ ਤੌਰ ਰਾਤ ਫਿਰ ਛਾਇਆ ਤਨ ਤੱਕ ਟੀਂਡ ਨਵੇਂ ਮੰਜ ਬਾਰੇ ਇਸ 'ਤੇ ਤਿਆਰ ਕੀਤਾ।
ਹਮ ਥੋੜੇ ਜਿਹੇ ਦਿਨ ਹੋਏ ਅੱਜ ਮੇਰਾ ਖਿਆਲ 26 ਜੂਨ ਆ ਸ਼ਾਇਦ 21 22 ਜੂਨ ਨੂੰ ਸੂਰਜ ਜਿਹੜਾ ਉੱਤਰ ਤੋਂ ਉੱਤਰ ਗਿਆ ਆ ਹੁਣ ਉਹ ਆਸਟ੍ਰੇਲੀਆ ਵੱਲ ਆਉਣਾ ਸ਼ੁਰੂ ਹੋ ਗਿਆ 21 ਤਰੀਕ ਤੋਂ ਜਦੋਂ ਉਹ ਦੱਖਣ ਵੱਲ ਆਉਂਦਾ ਇਸ ਨੂੰ ਦਕਸ਼ਨਾਇਣ ਕਹਿੰਦੇ ਆ ਮੂਵਮੈਂਟ ਟੂਵਰਡਸ ਦਾ ਸਾਊਥ ਸੂਰਜ ਦੀ ਦਕਸ਼ਨਾਇਣ ਇਸ ਨੂੰ ਤੁਸੀਂ ਭਾਈ ਕਾਂਤ ਸਿੰਘ ਨਾਭੇ ਦੇ ਵਿੱਚੋਂ ਇਹ ਪੜ੍ਹ ਸਕਦੇ ਹੋ ਜਦੋਂ ਸਿਆ ਜਦੋਂ ਇੱਧਰ ਵੱਧ ਤੋਂ ਵੱਧ ਇਸ ਪਾਸੇ ਨੂੰ ਆਇਆ ਹੋਇਆ ਹੋਵੇ ਦਸੰਬਰ ਦੇ ਮਹੀਨੇ ਤਾਂ ਫਿਰ ਇਹ ਨੌਰਥ ਵੱਲ ਨੂੰ ਜਾਣਾ ਸ਼ੁਰੂ ਹੋ ਜਾਵੇ ਉਸ ਨੂੰ ਉੱਤਰਾਇਣ ਕਹਿੰਦੇ ਆ ਉੱਤਰ ਵੱਲ ਨੂੰ ਸੂਰਜ ਦੀ ਮੂਵਮੈਂਟ ਦਕਸ਼ਨਾਇਣ ਤੋਂ ਮੁੜ ਕੇ ਫਿਰ ਜਦੋਂ ਸੂਰਜ ਭਰਦਾ ਆ ਅਤੇ ਤਾਂ ਹੀ ਉੱਤਰਾਇਣ ਤੋਂ ਜਿਸ ਵੇਲੇ ਦੂਰ ਤੋਂ ਦੂਰ ਉੱਤਰ ਵੱਲ ਗਿਆ ਹੁੰਦਾ ਜਿਸ ਵੇਲੇ ਭਰਦਾ ਆ ਦੋ ਸਾਲਾਂ ਦੇ ਵਿੱਚ ਇਹ ਜਿਹੜੀ ਵੈਥਾ ਇਸ ਨੂੰ ਟ੍ਰੋਪੀਕਲ ਈਅਰ ਜਾਂ ਰੁੱਤਾਂ ਵਾਲਾ ਸਾਲ ਇਸ ਨੂੰ ਕਹਿੰਦੇ ਨੇ ਨਾਨਕ ਸ਼ਾਹੀ ਕੈਲੰਡਰ ਦੀ ਇਹ ਲੰਬਾਈ ਆ ਜਿਹੜੀ ਇਸ ਤੱਕ ਦੇ ਵਿੱਚ ਆ ਇਸ ਨੂੰ ਦੁਨੀਆ ਦੇ ਐਸਟਰੋਨੋਮਰ ਮੰਨਦੇ ਨੇ ਕਿ ਸਮਰ ਸੋਲਸਟਿਸ ਟੂ ਸਮਰ ਸੋਲਸਟਿਸ ਵਿੰਟਰ ਸੋਲਸਟਿਸ ਟੂ ਵਿੰਟਰ ਸੋਲਸਟਿਸ ਜਾਂ ਸਪਰਿੰਗ ਇਕੁਇਨੋਕਸ ਟੂ ਸਪਰਿੰਗ ਇਕੁਇਨੋਕਸ ਜਾਂ ਆਟਮ ਇਕੁਇਨੋਕਸ ਟੂ ਆਟਮ ਇਕੁਇਨੋਕਸ ਇਹ ਜਿਹੜੀ ਲੰਬਾਈ ਆ ਇਹ ਟ੍ਰੋਪੀਕਲ ਈਅਰ ਦੀ ਆ ਅਤੇ ਬਿਕਰਮੀ ਕੈਲੰਡਰ ਦੀ ਇਸ ਤੋਂ 20 ਮਿੰਟ ਜਾਵੇ ਇੰਨੀ ਗੱਲ ਆ ਉਹ 20 ਮਿੰਟ ਜਮਾ ਹੋ ਕੇ 71 ਸਾਲਾਂ 'ਚ ਇੱਕ ਦਿਨ ਇਹਨਾਂ ਦੀਆਂ ਸਾਰੀਆਂ ਸਿਗਨਾਂ ਦਾ ਕੰਮ ਤੁਰੀਆਂ ਜਾਂਦੀਆਂ ਜਿਹੜੀ 3927 ਨੂੰ ਵਿਸਾਖੀ ਅਪ੍ਰੈਲ ਨੂੰ ਹੋ ਜਾਣੀ ਉਹ ਇਹ 90 ਮਿੰਟਾਂ ਦਾ ਕਾਰਨ ਆ ਕਿਊਮੂਲੇਟਿਵ ਇਫੈਕਟ ਆ ਇਸੇ ਤਰ੍ਹਾਂ ਬਾਕੀ ਵੀ ਸਾਰੀਆਂ ਸਿਗਨਾਂ ਦਾ ਅਤੇ ਅਸੀਂ ਕਹਿੰਦੇ ਗੁਰਬਾਣੀ ਅਨੁਸਾਰ ਅਸੀਂ ਕੈਲੰਡਰ ਬਣਾਇਆ ਕਿਉਂਕਿ ਅਸੀਂ ਸਾਲ ਦੀ ਲੰਬਾਈ ਇਸ ਤੌਰ ਵਿੱਚ ਆਉਂਦੀ ਹੈ ਅਸੀਂ ਕਿਸੇ ਦੀ ਨਕਲ ਨਹੀਂ ਕੀਤੀ ਜਿਹੜਾ ਅਸਮਾਨ ਦੇ ਵਿੱਚ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ ਇਹ ਸਾਇੰਸਦਾਨਾਂ ਨੇ ਉਸ ਦੀ ਸਾਲ ਦੀ ਲੰਬਾਈ ਲੱਭੀ ਆ ਜਿਹੜੀ ਸਹੀ ਟ੍ਰੋਪੀਕਲ ਈਅਰ ਆ ਅਤੇ ਅਸੀਂ ਵੀ ਟ੍ਰੋਪੀਕਲ ਈਅਰ ਅਪਣਾਇਆ ਇਹ ਕੋਈ ਕਿਸੇ ਦੀ ਨਕਲ ਨਹੀਂ ਬਿਕਰਮੀ ਕੈਲੰਡਰ ਤੋਂ ਬਿਨਾਂ ਦੁਨੀਆ ਦੇ ਸਾਰੇ ਸੂਰਜੀ ਸਾਲ ਅਨੁਸਾਰ ਬਣਨ ਵਾਲੇ ਕੈਲੰਡਰ ਉਹਨਾਂ ਦੀ ਸਾਲ ਦੀ ਉਹ ਲੰਬਾਈ ਆ ਜਿਹੜੀ ਨਾਨਕ ਸ਼ਾਹੀ ਕੈਲੰਡਰ ਦੀ ਲੰਬਾਈ ਬਿਕਰਮੀ ਦੇ ਬਰਾਬਰ ਕਿਸੇ ਦੀ ਨਹੀਂ ਬਿਕਰਮੀ ਇਕੱਲਾ ਕੈਲੰਡਰ ਆ ਜਿਹਦੀ ਲੰਬਾਈ 20 ਮਿੰਟ ਵੱਡੀ ਆ ਅਸੀਂ ਉਸ ਨੂੰ ਛੱਡ ਕੇ ਗੁਰਬਾਣੀ ਦੇ ਮੁਤਾਬਕ ਕੈਲੰਡਰ ਤਿਆਰ ਕਰਕੇ ਅਤੇ ਕੌਮ ਦਾ ਆਪਣਾ ਕੈਲੰਡਰ ਬਣਾ ਕੇ ਕੌਮ ਦੀ ਆਈਡੈਂਟੀ ਵਿੱਚ ਵਾਧਾ ਕਰਕੇ ਅਤੇ ਗੁਰਪੁਰਬ ਨੂੰ ਸੰਨ ਕਰਕੇ ਕੈਲੰਡਰ ਨੂੰ ਸਾਇੰਟਿਫਿਕ ਤਰੀਕੇ ਨਾਲ ਬਣਾ ਕੇ ਅਤੇ ਬੱਚਿਆਂ ਲਈ ਬੜਾ ਸਾਲ ਬਣਾ ਕੇ ਅਸੀਂ ਇਹ ਵੱਡਾ ਕੌਮ ਵਾਸਤੇ ਸਾਰਿਆਂ ਨੇ ਸੇਵਾ ਕੀਤੀ ਸੀ ਪੰਥ ਦੀ ਅਤੇ ਉਹ ਪੰਥ ਨੇ ਕੁਰਬਾਨ ਕੀਤੀ ਸੀ ਅਤੇ ਹੁਣ ਜਿਹੜੇ ਪੰਥ ਦੇ ਵਿਰੋਧੀ ਨੇ ਜਿਹਨਾਂ ਨੂੰ ਸਾਡੀ ਦੇਖ ਚੰਗੀ ਨਹੀਂ ਲੱਗਦੀ ਜਿਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਸਿੱਖ ਕੌਮ ਹਿੰਦੂ ਧਰਮ ਦਾ ਅੰਗ ਉਹ ਕਹਿੰਦੇ ਹਨ ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡੀ ਕੌਮ ਜਿਹੜੀ ਹੈ ਉਸਦੀ ਪਹਿਚਾਣ ਜਿਹੜੀ ਹੈ ਉਸਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਾਰਮਿਕ ਗ੍ਰੰਥ ਉਹਨਾਂ ਨੂੰ ਡਿਫਰੈਂਟ ਹਨ ਇੱਕੋ ਹੀ ਇੱਕ ਸਾਡੇ ਗ੍ਰੰਥ ਨੇ ਅਤੇ ਇਹ ਸਾਰੀਆਂ ਗੱਲਾਂ ਸਾਡੇ ਲੰਗਰ ਦੀ ਪ੍ਰਥਾ ਸਾਡੇ ਹੋਰ ਬਹੁਤ ਕੁਛ ਉਹਨਾਂ ਦੇ ਨਾਲ ਨਾਲ ਇਹ ਸਾਡਾ ਕੈਲੰਡਰ ਵੀ ਆਪਣਾ ਹੋ ਗਿਆ ਸੀ ਜਿਸ ਵੇਲੇ ਕੈਲੰਡਰ ਅਡੋਪਟ ਹੋਇਆ BBC 'ਤੇ ਮੇਰੀ ਇੰਟਰਵਿਊ ਹੋਈ ਸੀ ਅਤੇ BBC ਨੇ ਵੀ ਰਿਪੋਰਟਿੰਗ ਕੀਤੀ ਸੀ ਕਿ ਸਿੱਖ ਕੌਮ ਦੀ ਹੁਣ ਇੱਕ ਅਲੱਗ ਪਹਿਚਾਣ ਵਾਲਾ ਕੈਲੰਡਰ ਹੋ ਗਿਆ ਇੰਗਲੈਂਡ ਦੀਆਂ ਡਾਇਰੀਆਂ ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਗੁਰਪੁਰਬਾਂ ਦੀਆਂ ਡੇਟਾਂ ਦਿੱਤੀਆਂ ਜਾਣ ਲੱਗ ਪਈਆਂ ਅਤੇ ਇਤਿਹਾਸਕਾਰ ਲਿਖਣ ਲੱਗ ਪਏ ਕਿ ਸਿੱਖ ਕੌਮ ਦੀ ਦੇਖ ਵਿੱਚ ਵਾਧਾ ਹੋਇਆ ਸੋ ਇਹ ਪਤਾ ਨਹੀਂ ਇਹਨਾਂ ਨੂੰ ਕਿਉਂ ਗੱਲ ਚੰਗੀ ਨਹੀਂ ਲੱਗਦੀ ਸੋ ਗੁਰੂ ਪਿਆਰੀ ਸਾਧ ਸਿੰਘ ਜੀ ਇਹ ਅਕਾਲ ਤਖ਼ਤ ਤੋਂ ਪਹਿਲੀ ਵਾਰ ਪ੍ਰਵਾਨ ਹੋਇਆ ਨਾਨਕ ਸ਼ਾਹੀ ਕੈਲੰਡਰ 2003 ਦੇ ਵਿੱਚ ਉਸ ਦੇ ਵਿੱਚ ਕੋਈ ਗਲਤੀ ਨਹੀਂ ਉਹ ਕੌਮ ਦਾ ਆਪਣਾ ਕੈਲੰਡਰ ਆ ਉਹ ਤੁਹਾਡਾ ਆਪਣਾ ਕੈਲੰਡਰ ਹੈ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸੋਰੀ ਪ੍ਰੈਜੈਂਟੇਸ਼ਨ 'ਚ ਬਹੁਤ ਕੁਛ ਉਤਾਰਨਾ ਚਾਹੁੰਦਾ ਸੀ ਪਰ ਜਿੰਨਾ ਚਿਰ ਸਕਰੀਨ ਮੇਰੇ ਸਾਹਮਣੇ ਨਹੀਂ ਉਹ ਤਾਂ ਉਹ ਗੱਲ ਨਹੀਂ ਸੀ ਬਣਨੀ ਇਹ ਸਕਰੀਨ ਚੱਲਦਾ ਨਹੀਂ ਸੀ ਖੇਵਾਂ ਦਾ ਜਾ ਚੁੱਕਾ ਹੁਣ ਇਹ ਭੁੱਲਾ ਚੁੱਕਾ ਵੀ ਖੇਵਾਂ ਸਮਾਂ ਜੇ ਵੱਧ ਲੈ ਗਿਆ ਹੋਵਾਂ ਤਾਂ ਮੈਂ ਪ੍ਰਬੰਧ ਹੋਵਾਂਗਾ ਪ੍ਰਬੰਧਕਾਂ ਤੋਂ ਖੇਵਾਂ ਦਾ ਜਾ ਚੁੱਕਾ ਨਾਲ ਹੀ ਨਾਲ ਗੁਰੂ ਸਾਹਿਬਾਨ ਤੋਂ
ਆਪ ਤੋਂ ਕੋਈਆਂ ਕੁਲਾ ਚੁੱਕਾ ਦੀ ਸੇਵਾ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆਪ ਦਾ ਸਾਰੇ ਸਾਰਿਆਂ ਨੇ ਬੈਠ ਕੇ ਇੰਨੀ ਕੰਸੈਂਟਰੇਸ਼ਨ ਨਾਲ ਤੇ ਪਿਆਰ ਨੇ ਪਿਆਰ ਨਾਲ ਦਾਸ ਦੀਆਂ ਗੱਲਾਂ ਸੁਣੀਆਂ ਜੇ ਕਿਸੇ ਦੇ ਮਨ ਵਿੱਚ ਕੋਈ ਵੀ ਸਵਾਲ ਹੋਏ ਤੇ ਦਾਸ ਮੈਂ ਚਲੇ ਜਾਣਾ ਕਿ ਹੋਰ ਬਕਵਾਲਾ ਸਾਹਿਬ ਵੀ ਸੇਵਾ ਕਰਨੀ ਆ ਤੇ ਪਰ ਥੋੜ੍ਹੇ ਮਿੰਟ ਮੈਂ ਠਹਿਰ ਸਕਦਾ ਜੇ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ